ਦੇਖੋ, ਜਿਹੜੀ ਚੀਜ਼ ਦੀ ਕਿਸੇ ਨੂੰ ਸਮਝ ਨਾ ਹੋਵੇ, ਉਹ ਫਿਰ ਬੰਦਾ ਜਿਵੇਂ ਖੋਤੇ ਦੇ ਉੱਤੇ ਭਾਰ ਲੱਦੀ ਜਾਈਏ ਤੇ ਖੋਤੇ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਵੀ ਭਾਰ ਲੱਦਿਆ ਕਿ ਨਹੀਂ ਲੱਦਿਆ। ਜਿਵੇਂ ਗਧੇ ਨੂੰ ਸੰਗਲ ਪਾਇਆ ਹੋਵੇ ਤੇ ਕਿਹਾ ਜਾਵੇ ਤੁਰ, ਹੁਣ ਉਹਦੇ ਉੱਤੇ ਭਾਰ ਨਾ ਲੱਦਿਆ ਹੋਵੇ ਤੇ ਕਿੱਦਾਂ ਤੁਰੂਗਾ। ਗਧਿਆਂ ਦੇ ਆਪਸ ਦੇ ਵਿੱਚ ਕਰ ਦੁਸ਼ਮਣੀ ਆ, ਉਹ ਲੜਦੇ ਆ ਸੱਪ ਤੇ ਨਿਓਲੇ ਦੇ ਵਾਂਗ, ਦਿਮਾਗ ਖਰਾਬ ਹੋਏ ਪਏ ਆ, ਮੂਰਖ ਲੋਕ ਨੇ। ਸਭ ਤੋਂ ਵੱਡਾ ਮੰਤਰ ਕੀ ਹੈ? ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਿਹਨੂੰ ਵੀ ਤੁਸੀਂ ਮੰਨਦੇ ਹੋ। ਉਹ ਜੰਤਰ ਤੇ ਮੰਤਰ ਦੇ ਵਿੱਚ ਗੱਲ ਸਮਝ ਨਹੀਂ ਪਏਗੀ। ਇੱਕ ਹੁੰਦਾ ਤੰਤਰ, ਤਿੰਨ ਚੀਜ਼ਾਂ ਦੇ ਨਾਲ ਦੁਨੀਆ ਚੱਲ ਰਹੀ ਹੈ। ਕਦੇ ਅੱਗੇ ਬੀਨ ਵਜਾਉਣ ਵਾਲਾ ਸਾਹਿਬ, ਇਹਨਾਂ ਅੱਗੇ ਬੀਨ ਜਿੰਨੀ ਮਰਜ਼ੀ ਵਜਾਈ ਜਾਓ, ਇਹਨਾਂ ਨੂੰ ਕੁਛ ਨਹੀਂ ਸਮਝ ਲੱਗਣੀ, ਕੱਖ ਨਹੀਂ ਸਮਝ ਲੱਗਣੀ। ਆਉਣ ਵਾਲੀ ਨਵੀਂ ਪੀੜ੍ਹੀ ਨੂੰ ਕੁਛ ਨਹੀਂ ਪਤਾ, ਤੁਸੀਂ ਜੇਕਰ ਇਤਿਹਾਸ ਜਾਣੂ ਹੋਵੋਗੇ ਆਪਣੇ ਬੱਚਿਆਂ ਨੂੰ ਦੱਸੋ। ਲੋਕ ਫਿਰ ਇਹ ਪਖੰਡਵਾਦ ਕਹਿੰਦੇ ਕਹਿੰਦੇ ਕਿ ਫਿਰ ਤੁਸੀਂ ਪਖੰਡਵਾਦ ਕਿਉਂ ਕਰ ਰਹੇ ਹੋ, ਹਾਲਾਂਕਿ ਸਾਨੂੰ ਗੁਰੂਆਂ ਨੇ ਇਸ ਤੋਂ ਦੂਰ ਰੱਖਿਆ ਹੈ। ਇਹ ਪਖੰਡਵਾਦ ਨਹੀਂ ਹੈ, ਇਹ ਸਾਰੇ ਖੋਤੇ ਨੇ। ਇੱਕ ਓਂਕਾਰ ਸਤਨਾਮ ਜਿਹੜਾ ਮੰਤਰ ਆ, ਹਾਂਜੀ, ਉਹ ਮਨਚਾਹਾ ਪਿਆਰ ਪਵਾ ਸਕਦਾ। ਮੈਂ ਕਿਹਾ ਜਿਹੜੀ ਵੀ ਇੱਛਾ ਰੱਖ ਕੇ ਤੁਸੀਂ ਕਰੋਗੇ। ਸਾਡੇ ਤੇ ਕਹਿੰਦੇ ਕਿ ਵੈਰੀ ਦਾ ਆਪਾਂ ਦੁਸ਼ਮਣ ਦਾ ਵੀ ਮਾੜਾ ਨਹੀਂ ਸੋਚੀਦਾ, ਫਿਰ ਆਪਾਂ ਨਾਚ ਦਾ ਕਿਉਂ ਸੋਚੋ? ਇਹ ਨਾਚ ਦਾ ਤਾਂ ਸੋਚਦੇ ਆ ਕਿਉਂਕਿ ਇਹਨਾਂ ਦਾ ਨਾਚ ਆਪ ਹੋਇਆ ਪਿਆ, ਇਹਨਾਂ ਦਾ ਦਿਮਾਗ ਖਤਮ ਹੋਇਆ ਪਿਆ, ਫਿਰ ਦੂਜੇ ਦਾ ਦਿਮਾਗ ਵੀ ਖਤਮ ਕਰਨਾ ਚਾਹੀਦਾ। ਕੀ ਜਿਹੜੀ ਹੈ ਨਾ, ਇਹ ਕੋਈ ਦੁਕਾਨਾਂ 'ਤੇ ਨਹੀਂ ਵਿਕਦੀ। ਜੇਕਰ ਪਰਿਵਾਰ ਹੀ ਚਲਾਉਣਾ ਹੁੰਦਾ ਤਾਂ ਭਾਈ ਮਨੀ ਸਿੰਘ ਨੂੰ ਪੁੱਛੀਏ ਬੰਦ ਬੰਦ ਕਿਉਂ ਕਰਨਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿਸੇ ਦੇ ਉੱਤੋਂ ਕੁਰਬਾਨ ਹੋ ਜਾਣਾ ਸਭ ਤੋਂ ਵੱਡੀ ਫਕੀਰੀ ਆ ਅਤੇ ਸਭ ਤੋਂ ਵੱਡੀ ਅਮੀਰੀ ਆ। ਮੈਂ ਗੱਲ ਕਹਿਣਾ ਚਾਹੁੰਦਾ, ਤੂੰ ਇੱਕ ਵਾਰੀ ਰੀਲ ਪਾ ਕੇ ਕਹਿ ਦਿੰਦਾ ਕਿ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਿਆਂ, ਮੈਂ ਗੁਰਬਾਣੀ 'ਤੇ ਜਾਓ, ਜੇਕਰ ਤੁਹਾਡੇ ਪੱਲੇ ਕੁਛ ਹੋਵੇ ਨਾ, ਕੁਛ ਬੰਦਗੀ ਹੋਵੇ ਤਾਂ ਤੁਹਾਨੂੰ ਦੁਨੀਆ ਤੋਂ ਫਰਾਂ। ਮਾਰੇ ਕਹਿੰਦੇ ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਲ ਪਾ। ਇਨਸਾਨ ਨੇ ਜ਼ਿਕਰ ਕੀਤਾ ਹੈ ਕਿ ਮੈਂ ਚਾਹੁੰਦਾ ਕਿ ਮੇਰੇ ਰਾਗੀ ਸ਼ਾਹੂਕਾਰ ਹੋਣ, ਲੈਂਡ ਕਰੂਜ਼ਰਾਂ 'ਚ ਉਤਰਨ, ਰੇਂਜ ਰੋਵਰਾਂ 'ਚ ਉਤਰਨ, ਜਹਾਜ਼ਾਂ 'ਚ ਸਫ਼ਰ ਕਰਨ। ਸੋ ਇਹ ਵੀ ਸੁਪਨੇ ਆ ਫਿਰ ਰਾਗੀਆਂ ਦੇ। ਜੇ ਆਪਣਾ ਟੈਲੈਂਟ ਲੈ ਕੇ ਆਓ, ਸੁਪਨਾ ਤਾਂ ਹਰ ਕਿਸੇ ਦਾ। ਮਹਾਰਾਜ ਕਹਿੰਦੇ ਕਿ ਵੀ ਰਾਜ ਵੀ ਚਾਹੀਦਾ ਅਤੇ ਯੋਗ ਵੀ ਚਾਹੀਦਾ। ਤੁਸੀਂ ਜੰਤਰ ਮੰਤਰ ਤੰਤਰ ਤਿੰਨ ਅੱਖਰਾਂ ਦਾ ਜ਼ਿਕਰ ਕੀਤਾ ਕਿ ਇਹ ਦੁਨੀਆ ਤਿੰਨ ਚੀਜ਼ਾਂ ਨਾਲ ਚੱਲਦੀ ਪਈ ਆ। ਇਹ ਦੁਨੀਆ ਜਿਹੜੀ ਹੈ, ਇਹ ਅਸਲ ਦੇ ਵਿੱਚ ਮੰਤਰ ਤੰਤਰ ਜੰਤਰ ਨਾਲ ਹੀ ਬਣੀ ਹੈ। ਹੁਣ ਤੁਸੀਂ ਇੱਥੇ ਬੈਠੋ ਕੁਰਸੀ, ਤੁਹਾਡੀ ਮੈਂ ਤੁਹਾਡੀ ਹੁਣੇ ਸੁੱਟ ਸਕਦਾ ਵਾਂ। ਸਭ ਤੋਂ ਪਹਿਲੇ ਨੰਬਰ 'ਤੇ ਸਿੱਖ ਕਮਿਊਨਿਟੀ ਲੰਗਰ ਲਾਉਂਦੀ। ਕੋਈ ਹੈ ਦੁਨੀਆ ਦੇ ਵਿੱਚ ਐਸਾ ਸਥਾਨ ਜਿੱਥੇ 24 ਘੰਟੇ ਲੰਗਰ ਚੱਲਦਾ ਹੋਵੇ ਸਿਵਾਏ ਸ੍ਰੀ ਹਰਿਮੰਦਰ ਸਾਹਿਬ? ਜਿਹੜਾ 20 ਰੁਪਏ ਦਾ ਲੰਗਰ ਪਹਿਲਾਂ ਚਲਾ ਕੇ ਰੱਖ ਦਿੱਤਾ, ਉਹੀ 20 ਰੁਪਏ ਦੀ ਬਰਕਤ ਅੱਜ ਸਿੱਖਾਂ ਦੇ ਮਨ ਦੇ ਵਿੱਚ ਹੈ, ਉਹੀ 20 ਰੁਪਏ ਦਾ ਵਿਆਜ ਅਤੇ ਮੁੱਲ ਅੱਜ ਸਿੰਘ ਖਾ ਰਹੇ ਨੇ ਅਤੇ ਲੰਗਰ ਥਾਂ ਥਾਂ 'ਤੇ ਲੱਗਣ ਦੇ। ਜਿਹੜੇ ਸਿੰਘ ਸਿੱਖੀ ਨੂੰ ਛੱਡਦੇ ਆ ਉਹਨਾਂ ਦੇ ਉੱਤੇ ਲੱਖ ਦੀ ਲਾਂਤ ਆ। ਜਿਹਨੂੰ ਕੁਛ ਚਾਹੀਦਾ ਵਾ ਕਿ ਸਾਨੂੰ ਪਰਿਵਾਰ ਦੇ ਅਸੀਂ ਖਰਚਾ ਨਹੀਂ ਚਲਾ ਸਕਦੇ, ਮੈਨੂੰ ਦੱਸੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡੇ ਅੱਜ ਦੇ ਖਾਸ ਪੋਡਕਾਸਟ, ਜਿਸ ਦੇ ਵਿੱਚ ਚਮਤਕਾਰਾਂ ਨੂੰ ਲੈ ਕੇ ਆਪਾਂ ਗੱਲ ਕਰਾਂਗੇ। ਚਮਤਕਾਰ ਦੁਨੀਆ ਦੇ ਵਿੱਚ ਹੁੰਦੇ ਨੇ, ਕਈ ਕ੍ਰਿਸ਼ਮੇ ਹੁੰਦੇ ਨੇ,
ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਹੁਣ ਧਰਮਾਂ ਦੇ ਵਿੱਚ, ਰੱਬ ਦੇ ਘਰ ਦੇ ਵਿੱਚ ਵੀ ਚਮਤਕਾਰ ਹੁੰਦੇ ਨਜ਼ਰ ਆਉਂਦੇ ਨੇ। ਪਰ ਅੱਜ ਖਾਸ ਗੱਲਬਾਤ ਮੈਂ ਭਾਈ ਮਨਪ੍ਰੀਤ ਸਿੰਘ ਉਹਨਾਂ ਨਾਲ ਕਰਾਂਗਾ, ਸਿੱਖ ਫਿਲੋਸਫਰ, ਜੋ ਕਈ ਸ਼ਬਦ ਜਿਹੜੇ ਨੇ ਉਹ ਉਹਨਾਂ ਦੇ ਤੰਤਰ ਮੰਤਰ ਨੂੰ ਲੈ ਕੇ ਕਾਫੀ ਜਾਣੂ ਹੈਗੇ ਨੇ, ਕਾਫੀ ਇਤਿਹਾਸ ਜਿਹੜਾ ਉਹਨਾਂ ਨੂੰ ਪਤਾ ਆ ਕਿ ਕਿਹੜਾ ਸ਼ਬਦ ਕਿੱਥੇ ਕੰਮ ਕਰਦਾ ਆ। ਸੋ ਮੇਰੇ ਨਾਲ ਇਸ ਪੋਡਕਾਸਟ ਦੇ ਵਿੱਚ ਸਿੱਖ ਫਿਲੋਸਫਰ ਭਾਈ ਮਨਪ੍ਰੀਤ ਸਿੰਘ ਜੁੜਨਗੇ, ਗੱਲਬਾਤ ਕਰਦੇ ਹਾਂ। ਮਨਪ੍ਰੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਕਰਦੇ ਹਾਂ ਤੁਹਾਡਾ ਇਸ ਪੋਡਕਾਸਟ ਦੇ ਵਿੱਚ, ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਪੋਡਕਾਸਟ ਦੇ ਵਿੱਚ ਸੱਦਿਆ ਜੀ। ਅੱਜ ਗੱਲ ਕਰਾਂਗੇ ਚਮਤਕਾਰਾਂ ਦੀ ਜੀ। ਕਈ ਲੋਕ ਇਹਨੂੰ ਪਖੰਡਵਾਦ ਦਾ ਨਾਮ ਵੀ ਦੇ ਰਹੇ ਨੇ ਜੀ ਜੀ, ਤੁਹਾਡੇ ਮਨ ਦੇ ਵਿੱਚ ਕੀ ਹੈ ਇਸ ਚੀਜ਼ ਨੂੰ ਲੈ ਕੇ? ਦੇਖੋ, ਜਿਹੜੀ ਚੀਜ਼ ਦੀ ਕਿਸੇ ਨੂੰ ਸਮਝਣਾ ਨਾ ਹੋਵੇ, ਉਹ ਫਿਰ ਬੰਦਾ ਜਿਵੇਂ ਖੋਤੇ ਦੇ ਉੱਤੇ ਭਾਰ ਲੱਦੀ ਜਾਈਏ ਅਤੇ ਖੋਤੇ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਵੀ ਭਾਰ ਲੱਦਿਆ ਕਿ ਨਹੀਂ ਲੱਦਿਆ। ਬਿਲਕੁਲ, ਉਹ ਬਸ ਜਦੋਂ ਜ਼ਿਆਦਾ ਭਾਰ ਲੱਦਿਆ ਜਾਵੇ ਤਾਂ ਹਿਣਕ ਹਿਣਕਣ ਦੀ ਆਵਾਜ਼ ਆਉਂਦੀ ਆ, ਹਿਣ ਹਿਣਕ ਦੀ, ਠੀਕ ਹੈ ਜੀ। ਅਤੇ ਜਦੋਂ ਖੋਤੇ ਦਾ ਭਾਰ ਨਾ, ਮਤਲਬ ਕਿ ਨਾ ਉਹਦੇ ਉੱਤੇ ਭਾਰ ਹੋਵੇ, ਅਤੇ ਫਿਰ ਉਹ ਕਹਿੰਦਾ ਕਿ ਵਾਕਈ ਮੈਂ ਖੋਤਾ ਵਾਂ, ਠੀਕ ਹੈ। ਖੋਤੇ ਦੀ ਪਛਾਣ ਭਾਰ ਲੱਦੇ ਹੋਏ ਦੀ ਹੁੰਦੀ ਹੈ। ਇਸੇ ਤਰ੍ਹਾਂ ਘੱਟ ਨੌਲੇਜ ਹੋਣੀ, ਇਹ ਭਾਰ ਲੱਦੇ ਹੋਏ ਖੋਤੇ ਨੇ ਜਿਹੜੇ ਦੁਨੀਆਂ 'ਚ ਤੁਰੇ ਫਿਰਦੇ ਨੇ, ਅਤੇ ਇਸ ਵਾਸਤੇ ਤੰਤਰ ਮੰਤਰ ਕੋਈ ਵਹਿਮ ਭਰਮ ਅਤੇ ਪਖੰਡਵਾਦ ਨਹੀਂ। ਅਧੂਰੀ ਜਾਣਕਾਰੀ ਕਹਿੰਦੇ ਇੱਕ ਬਹੁਤ ਵੱਡਾ ਵਹਿਮ ਦਾ ਘਰ ਹੁੰਦਾ ਹੈ। ਬਿਲਕੁਲ ਜੀ, ਅਧੂਰੀ ਜਾਣਕਾਰੀ ਇਸ ਤਰ੍ਹਾਂ ਵਾ ਕਿ ਜਿਵੇਂ ਗਧੇ ਨੂੰ ਸੰਗਲ ਪਾਇਆ ਹੋਵੇ ਅਤੇ ਕਿਹਾ ਜਾਵੇ ਤੁਰ, ਹੁਣ ਉਹਦੇ ਉੱਤੇ ਭਾਰ ਨਾ ਲੱਦਿਆ ਹੋਵੇ ਤਾਂ ਕਿੱਦਾਂ ਤੁਰੂਗਾ, ਠੀਕ ਹੈ ਜੀ। ਇਸੇ ਤਰ੍ਹਾਂ ਜਿਹੜੀ ਅਧੂਰੀ ਜਾਣਕਾਰੀ ਆ, ਇਹ ਸੱਪ ਦੇ ਮੂੰਹ ਦੇ ਵਿੱਚ ਕੋੜ ਕਿੱਲੀ ਦੇ ਵਾਂਗੂ ਆ, ਜਿਵੇਂ ਸੱਪ ਕੋੜ ਕਿੱਲੀ ਨਹੀਂ ਖਾ ਸਕਦੀ, ਨਿਓਲੇ ਦੇ ਸੱਪ ਦੀ ਦੁਸ਼ਮਣੀ ਆ, ਇਸੇ ਤਰ੍ਹਾਂ ਅਧੂਰੀ ਜਾਣਕਾਰੀ ਅਤੇ ਬੰਦਿਆਂ ਦੇ ਆਪਸ ਦੇ ਵਿੱਚ ਕਰ ਦੁਸ਼ਮਣੀ ਆ, ਉਹ ਲੜਦੇ ਆ ਸੱਪ ਅਤੇ ਨਿਓਲੇ ਦੇ ਵਾਂਗੂ, ਦਿਮਾਗ ਖਰਾਬ ਹੋਏ ਪਏ ਆ, ਮੂਰਖ ਲੋਕ ਨੇ। ਇਸ ਵਾਸਤੇ ਜੇਕਰ ਤੰਤਰ ਮੰਤਰ ਨੂੰ ਸਮਝਣਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਦੱਸਿਆ, ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰ। ਬਿਲਕੁਲ, ਸਭ ਤੋਂ ਵੱਡਾ ਮੰਤਰ ਕੀ ਹੈ? ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ, ਜਿਹਨੂੰ ਵੀ ਤੁਸੀਂ ਮੰਨਦੇ ਹੋ। ਸਭ ਤੋਂ ਵੱਡਾ ਜੰਤਰ ਕੀ ਹੈ? ਹੁਣ ਜੰਤਰ ਅਤੇ ਮੰਤਰ ਦੇ ਵਿੱਚ ਗੱਲ ਸਮਝ ਨਹੀਂ ਪਏਗੀ। ਇੱਕ ਹੁੰਦਾ ਤੰਤਰ, ਤਿੰਨ ਚੀਜ਼ਾਂ ਦੇ ਨਾਲ ਦੁਨੀਆਂ ਚੱਲ ਰਹੀ ਹੈ, ਮੰਤਰ ਯੰਤਰ ਅਤੇ ਤੰਤਰ। ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ। ਇਹਨਾਂ ਦੇ ਵਿੱਚ ਹੁਣ ਜਿਹੜੇ ਮੰਤਰ ਨੇ ਉਹ ਲਿਖਤੀ ਰੂਪ ਦੇ ਵਿੱਚ ਸਾਡੇ ਸਾਹਮਣੇ ਨੇ। ਹੁਣ ਜਿਹੜੇ ਸ਼ਬਦ ਹੁੰਦੇ ਨੇ ਕਿਸੇ ਚੀਜ਼ ਦੇ ਉੱਤੇ ਲਿਖ ਦਈਏ, ਜਿਵੇਂ ਮੌਲਵੀਆਂ ਦੇ ਕੋਲ ਲੋਕ ਜਾਂਦੇ ਆ, ਧਾਗੇ ਤਵੀਤ ਬਣਵਾਉਂਦੇ ਆ, ਤਵੀਤਾਂ ਦੇ ਵਿੱਚ ਹੁਣ ਕੀ ਹੁੰਦਾ, ਅਸੀਂ ਛੋਟਿਆਂ ਦਾ ਸੋਚਦੇ ਹੁੰਦੇ ਕਿ ਤਵੀਤਾਂ ਦੇ ਵਿੱਚ ਉੱਲੂ ਦੀ ਹੱਡੀ ਹੁੰਦੀ ਆ, ਸੂਰ ਦਾ ਮਾਸ ਹੁੰਦਾ ਵਾ, ਜਾਂ ਕੋਈ ਬੱਕਰੇ ਦੀ ਹੱਡੀ, ਕਿਸੇ ਪਸ਼ੂ ਪਕਸ਼ੀ ਦੀ ਹੱਡੀਆਂ ਹੁੰਦੀਆਂ ਵਾ। ਪਰ ਜਦੋਂ ਜ਼ਿਆਦਾ ਖੋਜ ਕੀਤੀ ਹੈ, ਉਹ ਤਵੀਤ ਦੇ ਵਿੱਚ ਕਾਗਜ਼ ਦੇ ਉੱਤੇ ਮੰਤਰ ਲਿਖਿਆ ਹੁੰਦਾ, ਕੁਰਾਨ ਦੀਆਂ ਆਇਤਾਂ ਹੁੰਦੀਆਂ ਨੇ, ਉਹ ਜਦੋਂ ਸ਼ਬਦ ਲਿਖ ਕੇ ਦੇ ਦਿੰਦੇ ਹਾਂ ਤਾਂ ਫਿਰ ਉਹ ਇੱਕ ਤਵੀਤ, ਇੱਕ ਸ਼ਕਤੀ ਦਾ ਕੰਮ ਕਰਦਾ, ਇੱਕ ਤੰਤਰ ਮੰਤਰ ਦੇ ਰੂਪ 'ਚ ਕੰਮ ਕਰਦਾ, ਉਹਨੂੰ ਫਿਰ ਜੰਤਰ ਕਹਿ ਦਿੰਦੇ ਆ। ਕਈ ਲੋਕ ਇਹ ਵੀ ਆਖਦੇ ਆਪਣੇ ਸਿੱਖ ਧਰਮ ਦੇ ਵਿੱਚ ਮੰਤਰ ਨਹੀਂ ਹੈਗੇ, ਪਰ ਮੈਂ ਉਹਨਾਂ ਨੂੰ ਇਹ ਚੀਜ਼ ਕਲੀਅਰ ਕਰਨਾ ਚਾਹੁੰਦਾ, ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਸ਼ੁਰੂਆਤ ਹੀ ਮੂਲ ਮੰਤਰ ਤੋਂ ਹੁੰਦੀ ਹੈ। ਦੇਖੋ ਜੀ, ਸਭ ਤੋਂ ਸ਼ੁਰੂਆਤ ਮੂਲ ਮੰਤਰ ਤੋਂ ਵੀ ਪਹਿਲਾਂ, ਪੰਜ ਪਿਆਰੇ ਜਦੋਂ ਅਮਰ ਦਾ ਬਾਟਾ ਤਿਆਰ ਕਰਦੇ ਆ, ਭਾਈ ਗੁਰਦਾਸ ਜੀ ਨੇ ਲਿਖਿਆ ਵਾਹਿਗੁਰੂ ਗੁਰੂ ਮੰਤਰ ਹੈ। ਬਿਲਕੁਲ, ਇਹ ਗੁਰੂ ਦਾ ਮੰਤਰ ਆ। ਇਹ ਅਸਲ ਦੇ ਵਿੱਚ ਨਾ ਲੋਕਾਂ ਨੂੰ ਉਹੀ ਗੱਲ ਆ, ਗਧੇ ਅੱਗੇ ਬੀਨ ਵਜਾਉਣ ਵਾਲਾ ਸਾਹਿਬ, ਇਹਨਾਂ ਅੱਗੇ ਬੀਨ ਜਿੰਨੀ ਮਰਜ਼ੀ ਵਜਾਈ ਜਾਓ, ਇਹਨਾਂ ਨੂੰ ਕੁਛ ਨਹੀਂ ਸਮਝ ਲੱਗਣੀ, ਕੱਖ ਨਹੀਂ ਸਮਝ ਲੱਗਣੀ ਇਹਨਾਂ ਨੂੰ। ਇੰਨਾ ਨਹੀਂ ਪਤਾ ਕਿ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਕੁਛ ਨਹੀਂ ਪਤਾ। ਤੁਸੀਂ ਜੇਕਰ ਇਤਿਹਾਸ ਜਾਣੂ ਹੋਵੋਗੇ, ਆਪਣੇ ਬੱਚਿਆਂ ਨੂੰ ਦੱਸੋਗੇ। ਬਿਲਕੁਲ, ਜੇ ਤੁਹਾਨੂੰ ਇਤਿਹਾਸ ਨਹੀਂ ਪਤਾ, ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ, ਨਸਲਾਂ ਨੂੰ ਕੁਛ ਨਹੀਂ ਪਤਾ, ਆਪ ਨੂੰ ਨਹੀਂ ਪਤਾ ਹੋਏਗਾ, ਬੱਚਿਆਂ ਨੂੰ ਕੀ ਜਾਣਕਾਰੀ ਦੇਵਾਂਗੇ। ਬਿਲਕੁਲ, ਇਸੇ ਤਰ੍ਹਾਂ ਜਿਹੜੇ ਮੰਤਰ ਕੰਮ ਕਰਦੇ ਨੇ, ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਨੇ, ਗੁਰਮੁਖੀ 'ਚ ਅਸੀਂ ਗੁਰਬਾਣੀ ਕਹਿੰਦੇ ਹਾਂ, ਇਹ ਗੁਰਮੁਖੀ ਵਰਜਨ ਗੁਰਬਾਣੀ ਆ ਅਤੇ ਸੰਸਕ੍ਰਿਤ ਵਰਜਨ ਮੰਤਰ ਆ, ਬਸ ਇੰਨਾ ਹੀ ਫਰਕ ਆ। ਅਤੇ ਇਸ ਵਾਸਤੇ ਜਿਹੜੇ ਮੰਤਰ ਨੇ ਇਹ ਬੜੇ ਪਾਵਰਫੁਲ ਹੁੰਦੇ ਆ।
ਜਿਵੇਂ ਮੰਤਰ ਤੁਸੀਂ ਲਾ ਲਓ ਇੱਕ ਓਂਕਾਰ ਸਤਨਾਮ, ਇਹਨੂੰ ਪੰਜ ਅੱਖਰਾਂ ਮੰਤਰ ਕਹਿੰਦੇ ਨੇ। ਇਹ ਮੰਤਰ ਵਸ਼ੀਕਰਨ ਵੀ ਕਰਾ ਸਕਦਾ, ਮਨ ਚਾਹਿਆ ਪਿਆਰ ਲੋਕਾਂ ਨੂੰ ਚਾਹੀਦਾ। ਮੈਨੂੰ ਮੈਸੇਜ ਆਉਂਦੇ ਆ, ਪਿੱਛੇ ਜੇ ਮੈਨੂੰ ਮੈਸੇਜ ਆਇਆ ਕਿ ਬਾਬਾ ਜੀ ਇੱਕ ਛੱਡ ਗਈ ਹੈ, ਹੁਣ ਦੂਜੀ ਦੀ ਤਿਆਰੀ ਕਰਾ ਦਿਓ, ਦੂਜੀ ਤਾਂ ਆਈ ਨਹੀਂ ਉਹ ਵੀ ਛੱਡ ਗਈ, ਹੁਣ ਤੀਜੀ ਆਉਣ ਵਾਲੀ ਆ, ਹੁਣ ਕਿੱਦਾਂ ਆਏਗੀ, ਮੰਤਰ ਦੇ ਦਿਓ। ਪਰ ਲੋਕ ਫਿਰ ਇਹ ਪਖੰਡਵਾਦ ਕਹਿੰਦੇ ਕਹਿੰਦੇ ਕਿ ਫਿਰ ਤੁਸੀਂ ਪਖੰਡਵਾਦ ਕਿਉਂ ਕਰ ਰਹੇ ਹੋ, ਹਾਲਾਂਕਿ ਸਾਨੂੰ ਗੁਰੂਆਂ ਨੇ ਇਸ ਤੋਂ ਦੂਰ ਰੱਖਿਆ ਆ। ਇਹ ਪਖੰਡਵਾਦ ਨਹੀਂ ਆ, ਇਹ ਸਾਰੇ ਖੋਤੇ ਨੇ, ਇਹ ਖੋਤੇ ਦੀਆਂ ਨਸਲਾਂ ਨੇ, ਖੋਤੇ ਦੀਆਂ ਜੂਨਾਂ ਆ ਗਈਆਂ। ਜਿਵੇਂ ਮਹਾਂਭਾਰਤ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ 10 ਲੱਖ 30 ਲੱਖ ਫੌਜ ਮਰੀ ਆ, ਹੁਣ ਲੋਕ ਕਹਿੰਦੇ ਉਹ ਬੰਦੇ ਕਿੱਥੇ ਗਏ ਆ, ਉਹਨਾਂ ਨੇ ਦੁਬਾਰਾ ਜਨਮ ਲੈ ਲਿਆ, ਖੋਤੇ ਬਣ ਗਏ ਆ ਇੱਥੇ ਆ ਗਏ। ਅੱਛਾ, ਉਹ ਸਾਰੇ ਸਾਡੇ ਸਮਾਜ 'ਚ ਹੀ ਖੋਤੇ, ਜਿਵੇਂ ਕਹਿੰਦੇ 84 ਲੱਖ ਜੂਨਾਂ ਹੁੰਦੀਆਂ ਅਤੇ ਉਹ 84 ਲੱਖ ਜੂਨਾਂ ਕੋਈ ਕਿਸੇ ਚੀਜ਼ ਦੇ ਰੂਪ ਦੇ ਵਿੱਚ ਹੁੰਦੀਆਂ, ਉਸ ਤੋਂ ਬਾਅਦ ਇਨਸਾਨੀ ਰੂਪ ਮਿਲਦਾ ਬੰਦੇ। ਹਾਂਜੀ ਹਾਂਜੀ, ਪਰ ਇਹ ਇਨਸਾਨੀ ਰੂਪ ਦੇ ਵਿੱਚ ਖੋਤੇ ਨੇ, ਇਹ ਗਧੇ ਨੇ, ਇਹਨਾਂ ਨੂੰ ਪਤਾ ਕੁਛ ਨਹੀਂ, ਇਹਨਾਂ ਦੇ ਮਾਨਸਿਕ ਸਲਤਨਤ ਨਾਲ ਹਿੱਲੇ ਹੋਏ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਸਵੇਰੇ ਕੀ ਖਾਧਾ ਵਾ, ਇਹਨਾਂ ਨੂੰ ਪੁੱਛ ਲਓ ਸਵੇਰੇ ਕੀ ਖਾਧਾ ਤੁਸੀਂ ਬ੍ਰੇਕਫਾਸਟ ਦੇ ਵਿੱਚ, ਇਹਨਾਂ ਨੂੰ ਕੱਖ ਨਹੀਂ ਪਤਾ। ਜੇਕਰ ਇਹਨਾਂ ਨੂੰ ਪੁੱਛ ਲਓ ਕਿ ਵੀ 1 ਘੰਟੇ ਪਹਿਲਾਂ ਤੁਸੀਂ ਕਿਹਨੂੰ ਮਿਲੇ ਜੇ, ਦੱਸਣਗੇ ਤੁਹਾਨੂੰ? ਨਹੀਂ, ਇਹ ਨਹੀਂ ਦੱਸ ਸਕਦੇ, ਕਿਉਂ? ਕਿਸੇ ਨੇ 2-2 ਰੱਖੀਆਂ, ਕਿਸੇ ਨੇ 3-3 ਰੱਖੀਆਂ, ਕਿਸੇ ਨੇ 4-4 ਰੱਖੀਆਂ। ਅਤੇ ਇਸੇ ਤਰ੍ਹਾਂ ਮੈਂ ਕੀਤਾ ਕਿ ਇੱਕ ਓਂਕਾਰ ਸਤਨਾਮ ਜਿਹੜਾ ਮੰਤਰ ਆ, ਹਾਂਜੀ, ਉਹ ਮਨ ਚਾਹ ਪਿਆਰ ਪਵਾ ਸਕਦਾ। ਮੈਂ ਕਿਹਾ ਜਿਹੜੀ ਵੀ ਇੱਛਾ ਰੱਖ ਕੇ ਤੁਸੀਂ ਕਰੋਗੇ, ਮੰਨ ਲਓ ਕਿਸੇ ਨੂੰ ਇੱਛਾ ਵਾ ਕਿ ਵੀ ਮੈਂ ਉਹ ਵੈਰੀ ਦਾ ਨਾਸ਼ ਕਰਨਾ, ਅੱਛਾ, ਉਹਦੇ ਲਈ ਵੀ ਮੰਤਰ ਆ। ਪਰ ਸਾਡੇ ਤਾਂ ਕਹਿੰਦੇ ਕਿ ਵੈਰੀ ਦਾ ਆਪਾਂ ਦੁਸ਼ਮਣ ਦਾ ਵੀ ਮਾੜਾ ਨਹੀਂ ਸੋਚੀਦਾ, ਫਿਰ ਆਪਾਂ ਨਾਸ਼ ਦਾ ਕਿਉਂ ਸੋਚਣਾ? ਇਹ ਨਾਸ਼ ਦਾ ਤਾਂ ਸੋਚਦੇ ਆ ਕਿਉਂਕਿ ਇਹਨਾਂ ਦਾ ਨਾਸ਼ ਆਪ ਹੋਇਆ ਪਿਆ, ਇਹਨਾਂ ਦਾ ਦਿਮਾਗ ਖਤਮ ਹੋਇਆ ਪਿਆ, ਅਤੇ ਦੂਜੇ ਦਾ ਦਿਮਾਗ ਵੀ ਖਤਮ ਕਰਨਾ ਚਾਹੁੰਦੇ ਆ। ਦੂਜੇ ਦਾ ਨੁਕਸਾਨ ਤਾਂ ਉਹ ਕਰੇਗਾ ਜਿਹਦਾ ਪਹਿਲਾਂ ਤੋਂ ਨੁਕਸਾਨ ਹੋਇਆ। ਹਮ ਨਹੀਂ ਚੰਗੇ ਬੁਰਾ ਨਾ ਕੋਈ, ਇਹ ਅਸਲ ਦੇ ਵਿੱਚ ਚੰਗੇ ਵੀ ਨਹੀਂ ਆ, ਬੁਰੇ ਵੀ ਨਹੀਂ ਆ, ਇਹ ਵਿੱਚ ਵਿਚਾਲੇ ਵਾਲਾ ਕੰਮ ਹੈਗਾ ਕਿ ਵਿਚਲਾ ਬੰਦਰ ਬੜਾ ਖਤਰਨਾਕ ਹੁੰਦਾ ਜੀ। ਜਿਵੇਂ ਉਹ ਕ੍ਰਿਕਟ ਮੈਚ ਦੇ ਵਿੱਚ ਇੱਕ ਦਮੂੜੀਆਂ ਹੁੰਦਾ ਵਾ, ਉਹਦੀ ਵਾਰੀ ਪਤਾ ਆਵੇ ਨਾ ਆਵੇ ਕੁਛ ਨਹੀਂ ਪਤਾ, ਬਸ ਉਹ ਵੇਖੋ ਉਹਦੇ ਵਿੱਚ ਲਵਾਰਸ ਵਾਂਗੂ ਕਦੀ ਇੱਧਰ ਅਤੇ ਕਦੀ ਉੱਧਰ, ਕਦੀ ਉੱਧਰੋਂ ਚਪੇੜ ਵੱਜ ਗਈ, ਕਿਸੇ ਨੇ ਉੱਧਰੋਂ ਕਿਹਾ ਤਾਂ ਹਾਂ ਇਹ ਸਹੀ ਆ, ਜੇਕਰ ਉੱਧਰ ਚੱਲ ਗਏ ਵੱਡੇ ਬਾਬੇ ਕੋਲ, ਹਾਂਜੀ ਆਹ ਸਹੀ ਹੈ ਜੀ, ਜੇ ਉੱਤੋਂ ਵੱਡੇ ਬਾਬੇ ਕੋਲ ਚੱਲ ਗਏ ਉਹਨਾਂ ਕਹਿਣਾ ਹਾਂਜੀ ਤੁਸੀਂ ਸਹੀ ਹੈ ਜੀ। ਇਹ ਸਾਰਾ ਚੱਕਰ ਪਾਵਰ ਦਾ ਚੱਲਦਾ ਵਾ। ਹੁਣ ਅੱਜ ਅਸੀਂ ਬੈਠੇ ਹਾਂ, ਸਾਡੀ ਵੀ ਪੂਰੀ ਗੱਲਬਾਤ ਹੋ ਸਕਦੀ ਹੈ ਕਿ ਵੀ ਹਾਂਜੀ ਇਹ ਇਹਨਾਂ ਨੂੰ ਅਸੀਂ ਕਿੱਦਾਂ ਸਹੀ ਮੰਨੀਏ। 5-7 ਬਾਡੀਗਾਰਡ ਹੋਣ, ਪੂਰਾ ਤਾਮਝਾਮ ਹੋਵੇ, ਲੈਂਡ ਕਰੂਜ਼ਰਾਂ 'ਚ ਉਤਰੀਏ, ਬਾਬਾ ਜੀ ਬਾਬਾ ਜੀ, ਕੋਈ ਵੀ ਮੰਤਰ ਦੇ ਦਈਏ ਉਹੀ ਤੁਹਾਡਾ ਚੱਲੇਗਾ। ਇਸ ਵਾਸਤੇ ਤੁਸੀਂ ਸੋਸ਼ਲ ਮੀਡੀਆ 'ਤੇ ਵੇਖ ਹੀ ਰਹੇ ਜੇ, ਵਿਦਵਾਨ ਗਿਆਨੀਆਂ ਦੀ ਕੋਈ ਕਦਰ ਨਹੀਂ ਆ, ਸਿਰਫ ਉਹਨਾਂ ਦੀ ਕਦਰ ਆ ਜਿਹੜੇ ਬੰਦੇ, ਮੈਂ ਉਹ ਸ਼ਬਦ ਨਹੀਂ ਬੋਲਣਾ ਚਾਹੁੰਦਾ ਪੰਜਾਬੀ ਦੇ ਵਿੱਚ, ਜਿਹੜੇ ਬੰਦੇ ਐਵੇਂ ਹੀ ਬਸ ਬੋਲੀ ਜਾਂਦੇ ਲਟਰ ਪਟਰ, ਨਾ ਕੁਛ ਪਤਾ ਲੱਗਦਾ। ਮੈਂ ਗੱਲ ਕਰਾਂਗਾ, ਨਾਮ ਨਹੀਂ ਲਵਾਂਗਾ ਉਸ ਬੰਦੇ ਦਾ ਜੀ, ਪਹਿਲਾਂ ਉਹ ਰਾਗੀ ਸੀ ਜੀ, ਹਾਂ, ਗੁਰੂ ਦਾ ਪ੍ਰਚਾਰ ਕਰਦਾ ਸੀ, ਹਾਂ ਬਿਲਕੁਲ, ਹੁਣ ਉਹ ਇੰਸਟਾਗ੍ਰਾਮ 'ਤੇ ਗੰਦ ਪਾਉਂਦਾ ਆ, ਲੱਚਰ ਪੁਣਾ ਕਰਦਾ, ਲੋਕ ਉਹਨੂੰ ਪਸੰਦ ਕਰਦੇ ਆ, ਉਹਦੇ ਪੈਸੇ ਦਿੰਦੇ ਆ। ਇਹਦਾ ਮਤਲਬ ਇਹ ਹੈ ਕਿ ਸਾਨੂੰ ਸਾਡੇ ਗੁਰੂ 'ਤੇ ਵਿਸ਼ਵਾਸ ਨਹੀਂ ਰਿਹਾ। ਸਾਡੇ ਗੁਰੂ ਨੇ ਪੱਗਾਂ ਦੀ ਖਾਤਰ, ਆਪਣੀ ਲੈਗਸੀ ਕਾਇਮ ਕਰਨ ਦੀ ਖਾਤਰ, ਮਨੁੱਖਤਾ ਦੀ ਖਾਤਰ ਆਪਣਾ ਸਾਰਾ ਸਰਬੰਸ ਸਵਾਰਿਆ। ਪਰ ਉਹ ਕਹਿੰਦਾ ਮੈਂ ਆਪਣੀ ਜਗ੍ਹਾ ਠੀਕ ਹੈ, ਮੈਨੂੰ ਘਰ ਚਲਾਉਣ ਨੂੰ ਪੈਸਾ ਚਾਹੀਦਾ, ਮੈਂ ਰਾਗੀ ਸੀਗਾ, ਮੇਰੇ ਕੋਲ ਪੈਸਾ ਨਹੀਂ ਸੀਗਾ, ਮੈਂ ਘਰ ਕਿੱਦਾਂ ਚਲਾਉਂਦਾ, ਉਹਦੇ ਕਰਕੇ ਮੇਰੀ ਵੋਟੀ ਮੈਨੂੰ ਛੱਡ ਗਈ, ਮੇਰਾ ਬੱਚਾ ਮੇਰੇ ਕੋਲ ਇਕੱਲਾ ਆਇਆ, ਮੇਰਾ ਪਰਿਵਾਰ ਰੁਲਦਾ ਪਿਆ, ਮੈਂ ਆਪਣਾ ਘਰ ਬਣਾਉਣਾ ਆ, ਫਿਰ ਕਿੱਦਾਂ ਚੱਲੂਗਾ, ਫਿਰ ਗੁਜ਼ਾਰਾ ਕਿੱਦਾਂ ਹੋਏਗਾ? ਸਿੱਖੀ ਜਿਹੜੀ ਹੈ ਨਾ, ਇਹ ਕੋਈ ਦੁਕਾਨਾਂ 'ਤੇ ਨਹੀਂ ਵਿਕਦੀ। ਜੇਕਰ ਪਰਿਵਾਰ ਹੀ ਚਲਾਉਣਾ ਹੁੰਦਾ ਤਾਂ ਭਾਈ ਮਣੀ ਸਿੰਘ ਨੂੰ ਪੁੱਛੀਏ ਬੰਦ ਕਿਉਂ ਕਟਾਉਂਦੇ, ਭਾਈ ਤਾਰੂ ਸਿੰਘ ਨੂੰ ਪੁੱਛੀਏ ਕਿਉਂ ਖੋਪੜ ਲਵਾਉਂਦੇ। ਇਹ ਸਿੱਖੀ ਖੰਨੇ ਹੋ ਤਿੱਖੀ,
ਇਹ ਖੰਨੇ ਖੰਨ ਜਿਹੜਾ ਹੁੰਦਾ ਨਾ ਤੂੜੀ ਦਾ, ਇਹ ਉਹਦੇ ਤੋਂ ਵੀ ਤਿੱਖੀ ਸਿੱਖੀ ਆ, ਇਹ ਕਿਸੇ ਕਿਸੇ ਦੇ ਹਿੱਸੇ ਆ ਸਕਦੀ ਆ, ਅਤੇ ਸਿੱਖੀ ਉਹਦੇ ਹਿੱਸੇ ਨਹੀਂ, ਉਹਦੇ ਸਿੱਖੇ ਆਈ ਸੀ ਕਿਸੇ ਦੇ ਗੁਰੂ ਬੜੀ ਤਗੜੀ ਪ੍ਰੀਖਿਆ ਲੈਂਦਾ ਵਾ। ਹੁਣ ਭਾਈ ਮੰਝ ਦਾ ਤੁਸੀਂ ਵੇਖਦੇ ਹੋ ਗੁਰਦੁਆਰਾ, ਬਿਲਕੁਲ ਭਾਈ ਮੰਝ ਦੀ ਲੱਕੜਾ ਲੈ ਕੇ ਆਉਂਦੇ ਆ, ਗੁਰੂ ਅਰਜਨ ਦੇਵ ਜੀ ਨੇ ਸੱਦਿਆ ਵਾ, ਭਾਈ ਮੰਝ ਜੀ ਖੂਹ ਦੇ ਵਿੱਚ ਡਿੱਗ ਜਾਂਦੇ ਆ, ਅਤੇ ਫਿਰ ਜੇਕਰ ਉਹ ਹਿਸਾਬ ਨਾਲ ਸੋਚਦੇ ਕਿ ਵੀ ਸਵਾਰਥ ਦੇ ਵਿੱਚ ਕਿ ਮੈਨੂੰ ਕੀ ਲੋੜ ਪਈ, ਮੈਂ ਤਾਂ ਹੁਣ ਖੂਹ 'ਚ ਡਿੱਗ ਪਿਆ ਵਾਂ, ਅਤੇ ਮੈਨੂੰ ਕੀ ਲੋੜ ਪਈ ਮਤਲਬ ਕਿ ਲੱਕੜਾ ਲੈ ਕੇ ਜਾਣ ਦੀ। ਜੇਕਰ ਇਹੋ ਚੀਜ਼ ਸਿੰਘ ਸੋਚਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜੇਕਰ ਇਹੋ ਚੀਜ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋਚਦੇ ਕਿ ਵੀ ਅਸੀਂ ਤਾਂ ਆਪਣਾ ਸਿੱਖ ਪੰਥ ਬਣਾਈਏ, ਸਾਨੂੰ ਦੂਜੇ ਧਰਮਾਂ ਦੇ ਨਾਲ ਨਹੀਂ, ਪਰ ਸਿੱਖ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿਸੇ ਦੇ ਉੱਤੋਂ ਕੁਰਬਾਨ ਹੋ ਜਾਣਾ ਸਭ ਤੋਂ ਵੱਡੀ ਫਕੀਰੀ ਆ ਅਤੇ ਸਭ ਤੋਂ ਵੱਡੀ ਅਮੀਰੀ ਆ, ਜੇਕਰ ਅਸੀਂ ਆਪਣੀ ਸਿੱਖੀ ਨਹੀਂ ਸਾਂਭ ਸਕੇ। ਹੁਣ ਉਹੀ ਉਹੀ ਬੰਦਾ ਉਹਦੀ ਆਉਣ ਵਾਲੀ ਪੀੜ੍ਹੀ ਉਹਨੂੰ ਪੁੱਛੇਗੀ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਮੰਨ ਲਓ ਉਹਦੀ ਗੁਰਬਾਣੀ ਦੇ ਨਾਲ ਰਿਲੇਟਡ ਹੋ ਜਾਵੇ ਜਾਂ ਗੁਰਬਾਣੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦੇਵੇ ਉਸੇ ਬੰਦੇ ਦਾ, ਠੀਕ ਹੈ ਜੀ, ਫਿਰ ਉਹ ਆਪਣੇ ਆਉਣ ਵਾਲੀ ਨਸਲ ਨੂੰ ਵੀ ਇਹੋ ਕਹੇਗਾ ਕਿ ਵੀ ਤੁਸੀਂ ਗੁਰਬਾਣੀ ਦਾ ਪ੍ਰਚਾਰ ਨਾ ਕਰਿਓ, ਇਹਦੇ ਵਿੱਚ ਕੁਛ ਨਹੀਂ ਆ, ਬਿਲਕੁਲ ਕਹੇਗਾ। ਫਿਰ ਇਹਦਾ ਮਤਲਬ ਕਿ ਵੀ ਸਿੱਖੀ ਫਿਰ ਕਿੱਦਾਂ ਵਧੇਗੀ? ਜ਼ਿਆਦਾਤਰ ਰਾਗੀ ਸਿੰਘਾਂ ਦੇ ਗ੍ਰੰਥੀ ਸਿੰਘਾਂ ਦੇ ਮੁੰਡੇ ਅੱਗੇ ਬੰਨਦੇ ਨਹੀਂ, ਇਸ ਪੀੜ੍ਹੀ 'ਚ ਆਉਂਦੇ ਨਹੀਂ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਕਿ ਸਾਡੀਆਂ ਸੰਸਥਾਵਾਂ ਦੀ ਵੀ ਇਹ ਬਹੁਤ ਵੱਡੀ ਗਲਤੀ ਆ, ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਸਿੱਖੀ ਜਿਹੜੀ ਆ ਇਹ ਬੜੀ ਤਿੱਖੀ ਆ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ, ਕੁਰਬਾਨੀਆਂ ਕਿਸੇ ਕਿਸੇ ਦੇ ਹਿੱਸੇ ਆਉਂਦੀਆਂ। ਕਿਹਨੂੰ ਪਤਾ ਸੀ ਸੁੱਖੇ ਜਿੰਦੇ ਨੇ ਇੱਦਾਂ ਕਰ ਜਾਣਾ, ਕਿਹਨੂੰ ਪਤਾ ਸੀ ਸਤਵੰਤ ਬੇਅੰਤ ਨੇ ਇੱਦਾਂ ਕਰ ਜਾਣਾ? ਬਿਲਕੁਲ, ਕਿੰਨੇ ਖਾੜਕੂ ਸਿੰਘ ਹੋਏ ਆ, ਤੁਸੀਂ ਮਾਝੇ ਦੀ ਧਰਤੀ 'ਤੇ ਬੈਠੇ ਜੇ, ਇੱਥੇ ਇੱਟ ਪੁੱਟੀਏ ਅਤੇ ਇੱਥੇ ਖਾੜਕੂ ਸਿੰਘ ਦਾ ਨਾਂ ਲਿਖਿਆ ਗਿਆ ਵਾ। ਜੇਕਰ ਉਹ ਵੀ ਸਵਾਰਥੀ ਹੋ ਜਾਂਦੇ, ਪੈਸੇ ਪਿੱਛੇ ਹੋ ਜਾਂਦੇ ਕਿ ਵੀ ਅਸੀਂ ਜੇਕਰ ਸਾਨੂੰ ਪੈਸਾ ਨਹੀਂ ਆਉਂਦਾ ਜੀ ਅਸੀਂ 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 ਸਿੱਖੀ ਨਹੀਂ ਰੱਖ ਸਕਦੇ, ਇਹ ਵੇਖੋ ਮੂਰਖਤਾਈ ਵਾਲੀ ਗੱਲ ਆ। ਮੈਂ ਗੱਲ ਕਹਿਣਾ ਚਾਹੁੰਦਾ, ਤੂੰ ਇੱਕ ਵਾਰੀ ਰੀਲ ਪਾ ਕੇ ਕਹਿ ਦਿੰਦਾ ਕਿ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਿਆਂ, ਮੈਂ ਗੁਰਬਾਣੀ 'ਤੇ ਜਾਓ, ਜੇਕਰ ਤੁਹਾਡੇ ਪੱਲੇ ਕੁਛ ਹੋਵੇ ਨਾ, ਕੁਛ ਬੰਦਗੀ ਹੋਵੇ, ਤਾਂ ਤੁਹਾਨੂੰ ਦੁਨੀਆ ਤੋਂ ਆਫਰਾਂ ਆਉਂਦੀਆਂ। ਬਿਲਕੁਲ, ਹੁਣ ਮੈਂ ਜੇਕਰ ਅੱਜ ਚੀਜ਼ ਸੋਚਾਂ ਕਿ ਸ਼ਬਦ ਦੇ ਨਾਲ ਮੇਰੀ ਮੈਨੂੰ ਫੈਂਟਸੀ ਨਹੀਂ ਮਿਲਦੀ ਪਈ, ਮੈਂ ਲਾਈਮਲਾਈਟ ਦੇ ਵਿੱਚ ਨਹੀਂ ਆਉਂਦਿਆ, ਅਤੇ ਫਿਰ ਮੈਂ ਇੱਥੇ ਤਾਂ ਚਲੋ ਮੇਰਾ ਹਾਸਾ ਮਜ਼ਾਕ ਮੇਰਾ ਖਰਚਾ ਤਾਂ ਚੱਲ ਜਾਏਗਾ, ਪਰ ਮੈਂ ਆਪਣੇ ਗੁਰੂ ਦੇ ਅੱਗੇ ਕਿਸ ਤਰ੍ਹਾਂ ਮੂੰਹ ਦਿਖਾਵਾਂਗਾ? ਬਿਲਕੁਲ, ਮਾਰੇ ਕਹਿੰਦੇ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੈ ਘੋਰ ਪਵਾਂ, ਸਾਡਾ ਤਾਂ ਮੂੰਹ ਕਾਲਾ ਹੋ ਗਿਆ। ਬਿਨ ਕੇਸੋਂ ਸ਼ਸਤਰ ਨਾ ਦੂੰ ਦਿਦਾਰੇ, ਬਿਲਕੁਲ ਮਾਰੇ ਕਹਿੰਦੇ ਬਿਨਾਂ ਸ਼ਸਤਰ ਕੇਸਨ ਨਾ ਦੇਉਂ ਦਿਦਾਰੇ। ਹੁਣ ਜੇਕਰ ਉਹਨੇ ਰਾਗ ਛੱਡ ਦਿੱਤੇ, ਉਹਨੇ ਸਭ ਕੁਛ ਛੱਡ ਦਿੱਤਾ, ਇਹੋ ਚੀਜ਼ ਭਾ ਸ਼ੇਖ ਫਰੀਦ ਜੀ ਸੋਚਦੇ, ਜੁੱਤੀਆਂ ਕੱਢਦੇ ਪਏ ਨੇ, ਉਹਨਾਂ ਦੇ ਕੋਲ ਕਿਹੜੀ ਸੀ ਫਕੀ ਅਮੀਰੀ? ਭਗਤ ਕਬੀਰ ਜੀ ਉੱਥੇ ਕੱਪੜੇ ਨੂੰ ਰੰਗਾਂ ਦਏ ਨੇ, ਜਿੰਨੇ ਭਗਤ ਚੁੱਕ ਕੇ ਵੇਖ ਲਓ ਸਾਰੇ ਕਿਸੇ ਅਮੀਰ ਘਰੋਂ ਨਹੀਂ ਨੇ, ਬੜੇ ਫਕੀਰ ਘਰੋਂ ਨੇ। ਇਹ ਤਾਂ ਸਬਰ ਸੰਤੋਖ ਦੀ ਗੱਲ ਸੀ, ਜੇਕਰ ਸਬਰ ਸੰਤੋਖ ਰੱਖਦਾ ਕੀ ਪਤਾ ਮਾਲਕ ਜ਼ਿਆਦਾ ਦੇ ਦਿੰਦਾ, ਕੀ ਪਤਾ ਕਿੱਥੋਂ ਦੀ ਆਪਣਾ ਫਰਸ਼ਾਂ ਤੋਂ ਅਰਸ਼ਾਂ 'ਤੇ ਲੈ ਜਾਂਦੇ। ਹੁਣ ਵੇਖੋ ਇਹ ਚੀਜ਼ ਨੈਗੇਟਿਵ ਵੀ ਜਾ ਰਹੀ ਹੈ ਅਤੇ ਪੋਜ਼ੀਟਿਵ ਵੀ ਜਾ ਰਹੀ ਹੈ। ਨੈਗੇਟਿਵ ਇਸ ਤਰ੍ਹਾਂ ਜਾ ਰਹੀ ਹੈ ਕਿ ਵੀ ਗੁਰਬਾਣੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਿੱਖਿਆ ਨਾ ਦਿਓ, ਕਿਉਂਕਿ ਇਹਦੇ ਵਿੱਚ ਕੋਈ ਫਿਊਚਰ ਨਹੀਂ ਹੈਗਾ ਇਸ ਪ੍ਰੋਫੈਸ਼ਨ ਦੇ ਵਿੱਚ। ਪਰ ਉਸਨੇ ਉਸ ਇਨਸਾਨ ਨੇ ਜ਼ਿਕਰ ਕੀਤਾ ਕਿ ਮੈਂ ਚਾਹੁੰਦਾ ਕਿ ਮੇਰੇ ਰਾਗੀ ਸ਼ਾਹੂਕਾਰ ਹੋਣ, ਲੈਂਡ ਕਰੂਜ਼ਰਾਂ 'ਚ ਉਤਰਨ, ਰੇਂਜ ਰੋਵਰਾਂ 'ਚ ਉਤਰਨ, ਜਹਾਜ਼ਾਂ 'ਚ ਸਫ਼ਰ ਕਰਨ। ਸੋ ਇਹ ਵੀ ਸੁਪਨੇ ਆ ਫਿਰ ਰਾਗੀਆਂ ਦੇ, ਅਤੇ ਆਪਣਾ ਟੈਲੈਂਟ ਲੈ ਕੇ ਉਹ ਸੁਪਨਾ ਤਾਂ ਹਰ ਕਿਸੇ ਦਾ। ਮਹਾਰਾਜ ਕਹਿੰਦੇ ਕਿ ਵੀ ਰਾਜ ਵੀ ਚਾਹੀਦਾ ਅਤੇ ਯੋਗ ਵੀ ਚਾਹੀਦਾ, ਸਿੱਖ ਮੇਰਾ ਰਾਜਯੋਗ ਬਣੇ। ਸਿੱਖਾਂ ਨੇ ਕਦੀ ਕਿਸੇ ਕੋਲ ਮੰਗਿਆ ਨਹੀਂ ਆ, ਦਿੱਲੀ ਅੱਜ ਵੀ ਦਿੱਲੀ ਦੇ ਤਖ਼ਤ ਦੇ ਉੱਤੇ ਗੁਲਾਮ ਕਿਉਂ ਹੋਈ ਸੀ ਦਿੱਲੀ? ਤੁਹਾਨੂੰ ਪਤਾ ਹਿੰਦੁਸਤਾਨ ਕਿਉਂ ਗੁਲਾਮ ਹੋ ਗਿਆ ਸੀ? ਮਰਾਠਿਆਂ ਦੀ ਵਜ੍ਹਾ ਦੇ ਨਾਲ। ਮੈਂ ਵੀ ਇਸ ਗੱਲ ਦਾ ਖੁਲਾਸਾ ਕਰ ਚੱਲਿਆ, ਮਰਾਠਿਆਂ ਨੇ ਫਰਾਂਸੀ ਜਰਨੈਲ ਰੱਖਿਆ ਸੀਗਾ, ਠੀਕ ਹੈ ਜੀ, ਫਰਾਂਸੀ ਜਰਨੈਲ ਨੇ ਉਹਨੇ ਮੁਲਕ ਦੇ ਦਿੱਤਾ ਆਪਣੇ ਪੋਤਰੇ ਆਪਣੇ ਭਾਂਜੇ ਨੂੰ, ਠੀਕ ਹੈ ਜੀ,
ਆਪਣੇ ਭਾਂਜੇ ਨੂੰ ਜਦੋਂ ਫਰਾਂਸਿਸੀ ਜਰਨੈਲ ਨੇ ਮੁਲਕ ਦੇ ਦਿੱਤਾ ਜਿਹੜਾ ਮਰਾਠਿਆਂ ਦੀ ਫੌਜ ਦੇ ਵਿੱਚ ਸੀ, ਉਹਨੇ ਇੱਕ ਬਟੈਲੀਅਨ ਤੋਂ ਚਾਰ ਬਟੈਲੀਅਨ ਬਣਾਈਆਂ ਅਤੇ ਮਰਾਠਿਆਂ ਨੂੰ ਸੰਸਾ ਪੈ ਗਿਆ ਕਿ ਜਿਹੜਾ ਫਰਾਂਸਿਸੀ ਅਸੀਂ ਆਪਣੀ ਰੱਖਿਆ ਵਾਸਤੇ ਰੱਖਿਆ ਉਹ ਤਾਂ ਚਾਰ ਬਟੈਲੀਅਨ ਹੋਰ ਬਣਾ ਗਿਆ, ਉਹ ਅੱਗੋਂ ਚਾਰ ਬਟੈਲੀਅਨ ਬਣਾ ਕੇ ਅਤੇ ਗੋਰਿਆਂ ਨੂੰ ਮੁਲਕ ਵੇਚ ਆਇਆ ਅਤੇ ਗੋਰੇ ਇੱਥੇ ਆ ਗਏ ਅਤੇ ਪਹਿਲਾ ਜਰਨੈਲ ਪਤਾ ਕਿਹੜਾ ਸੀ ਗੋਰਿਆਂ ਦਾ ਜਿਹੜਾ ਇੱਥੇ ਦਿੱਲੀ ਤਖ਼ਤ 'ਤੇ ਆ ਕੇ ਬੈਠਾ? ਜਰਨਲ ਅਖ਼ਤਰ ਲੋਨੀ। ਅਖ਼ਤਰ ਲੋਨੀ ਇੱਥੇ ਆ ਕੇ ਬੈਠਾ ਅਤੇ ਇੱਥੋਂ ਫਿਰ ਸਿੰਘਾਂ ਨੇ ਸੋਚਿਆ ਕਿ ਵੀ ਹੁਣ ਦਿੱਲੀ ਤਖ਼ਤ 'ਤੇ ਹੈ ਕੋਈ ਨਹੀਂ, ਇੱਥੋਂ ਫਿਰ ਦਿੱਲੀ ਦੀ ਮਾਰ ਕੀਤੀ ਹੈ। ਤੁਸੀਂ ਤੁਹਾਡੇ ਸਵਾਲ 'ਤੇ ਉਹਨਾਂ ਤੁਸੀਂ ਜੰਤਰ ਮੰਤਰ ਤੰਤਰ ਤਿੰਨ ਅੱਖਰਾਂ ਦਾ ਜ਼ਿਕਰ ਕੀਤਾ ਕਿ ਇਹ ਦੁਨੀਆ ਤਿੰਨ ਚੀਜ਼ਾਂ ਨਾਲ ਚੱਲਦੀ ਪਈ ਆ, ਜੀ ਮੰਤਰ ਜੰਤਰ ਤੰਤਰ ਤੰਤਰ, ਤੁਹਾਡੇ ਭਾਵਨਾ ਵਾਲੀ ਚੀਜ਼ਾਂ ਕੀ ਹੈਗੀਆਂ ਨੇ ਆਪਣੀ ਗੁਰਬਾਣੀ ਦੇ ਵਿੱਚ, ਜੰਤਰ ਮੰਤਰ ਤੰਤਰ ਕਿੱਥੇ ਕੰਮ ਕਰਦੇ ਨੇ? ਦੇਖੋ ਹੁਣ ਅਸੀਂ ਬੈਠੇ ਹਾਂ, ਹੁਣ ਇੱਥੇ ਥੋੜ੍ਹਾ ਜਿਹਾ ਉਹਰਾ ਅਸੀਂ ਉਸ ਵਾਈਬ੍ਰੇਸ਼ਨ ਵਾਲਾ ਕਰਨਾ ਹੋਵੇ, ਇੱਥੇ ਸ਼ਕਤੀਆਂ ਛਦਨੀਆਂ ਮਤਲਬ ਕਿ ਸਦਨੀਆਂ ਹੋਣ। ਗੁਰਬਾਣੀ 'ਚ ਹਰ ਇੱਕ ਚੀਜ਼ ਆ, ਇਹ ਦੁਨੀਆ ਜਿਹੜੀ ਹੈ ਇਹ ਅਸਲ ਦੇ ਵਿੱਚ ਮੰਤਰ ਤੰਤਰ ਜੰਤਰ ਨਾਲ ਹੀ ਬਣੀ ਹੈ। ਬਿਗ ਬੈਂਗ ਦੀ ਥਿਊਰੀ ਕੀ ਹੈ? ਸਾਊਂਡ ਦੇ ਨਾਲ ਦੁਨੀਆ ਪੈਦਾ ਹੋਈ, ਹਵਾ ਅਤੇ ਪਾਣੀ ਸੀ, ਅਰਬਤ ਨਰਬਤ ਹੰਦੂਕਾਰ, ਧੁੰਦ ਤੋਂ ਦੁਨੀਆ ਪੈਦਾ ਹੋਈ, ਧੁੰਦ ਤੋਂ ਪਾਣੀ ਆਇਆ, ਪਾਣੀ ਦੇ ਵਿੱਚ ਜੀਵ ਪੈ ਗਏ, ਕਸ਼ ਅਤੇ ਮਛ ਪਹਿਲੇ ਜੀਵ ਸੀ, ਉਹ ਇੱਕ ਮੰਤਰ ਹੋ ਗਿਆ। ਇੱਕ ਮੰਤਰ ਕਿਹੜਾ ਸੀ? ਇੱਕ ਓਅੰਕਾਰ ਦੀ ਆਵਾਜ਼ ਆਈ। ਬਿਗ ਬੈਂਗ ਵੀ ਇਹੋ ਮੰਨਦੀ ਆ ਕਿ ਹਿੰਦੂ ਵੀ ਇਹੋ ਮੰਨਦੇ ਨੇ ਸਨਾਤਨੀ ਹੈ ਕਿ ਓਮ ਦੀ ਪਹਿਲੀ ਆਵਾਜ਼ ਆਈ ਕਿ ਜਦੋਂ ਵਿਸਫੋਟ ਹੋਇਆ ਬਿਗ ਬੈਂਗ ਦਾ ਅਤੇ ਬੜੇ ਬੜੇ ਪਲੈਨਟ ਨਿਕਲ ਗਏ ਜਿਹਦੇ ਪਲੈਨਟ ਦੇ ਵਿੱਚੋਂ ਇੱਕ ਧਰਤੀ ਵੀ ਸੀ। ਇੱਕ ਇਹ ਮੰਤਰ ਹੋ ਗਿਆ, ਇੱਕ ਓਅੰਕਾਰ, ਦੋਨੋਂ 'ਚ ਫਰਕ ਹੈ। ਇਹ 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 ਹੋ ਗਿਆ ਮੰਤਰ, ਓਮਕਾਰ ਓਮਕਾਰ ਸਨਾਤਨੀਆਂ ਦਾ ਹੋ ਗਿਆ, ਉਹ ਅੰਕਾਰ ਸਾਡਾ ਹੋ ਗਿਆ ਜਿਹਦੇ ਵਿੱਚ ਤਿੰਨ ਧੁਨਾਂ ਨਿਕਲਦੀਆਂ ਨੇ, ਇੱਕ ਪਹਿਲਾਂ ਲਾ ਦਈਏ ਚਾਰ ਧੁਨਾਂ ਦਾ ਬਣਦਾ। ਕਈ ਓਮਕਾਰ ਵੀ ਕਹਿੰਦੇ ਉਹ ਗਲਤ ਕਹਿੰਦੇ ਨੇ ਬਿਲਕੁਲ, ਕਈ ਮੈਂ ਵੇਖਿਆ ਇੰਸਟਾਗ੍ਰਾਮ 'ਤੇ ਉਹ ਕਹਿਣਗੇ ਵਾਹਿ ਖਾਲਸਾ ਫਤਿਹ, ਲੱਖ ਦੀ ਲਾਂਤ ਤੁਹਾਡੇ ਦੇ ਖੋਤੇ ਉਹ ਮੋਰ, ਅਸੀਂ ਗੁਰੂ ਦੀ ਫਤਿਹ ਨਹੀਂ ਪੂਰੀ ਬੁਲਾ ਪਾਉਂਦੇ, ਖੋਤੇ ਨੂੰ ਤੁਸੀਂ ਬੁਲਾ ਸਕਦੇ। ਇਹ ਮੰਤਰ ਜੇ ਇਸ ਨੂੰ ਮੰਤਰ ਜਿਹੜੀ ਚੀਜ਼ ਸ਼ਬਦਾਂ ਦੇ ਵਿੱਚ ਆ ਜੇ ਇਹ ਮੰਤਰ, ਕੋਈ ਵੀ ਸ਼ਬਦ ਹੈ ਇਹ ਮੰਤਰ ਆ। ਕਿਸੇ ਚੀਜ਼ ਨੂੰ ਸੋਚੀ ਜਾਓ, ਕਿਸੇ ਚੀਜ਼ ਨੂੰ ਬੋਲੀ ਜਾਓ ਕਿ ਉਸ ਨੂੰ ਮੈਂ ਵਸ 'ਚ ਕਰਨਾ ਅਤੇ ਅੰਦਰ ਆਪਾਂ ਸ਼ਬਦ ਪੜ੍ਹੀ ਜਾਈਏ, ਇੱਕ ਓਂਕਾਰ ਕੋਈ ਵੀ ਸ਼ਬਦ ਪੜ੍ਹ ਲਓ, ਅੱਲਾ ਪੜ੍ਹ ਲਓ। ਅੰਮ੍ਰਿਤਸਰ ਮੈਂ ਗੱਲ ਕਰਾਂ ਜੀ, ਮਾਝੇ ਦੀ ਧਰਤੀ ਦੀ ਗੱਲ ਕਰਾਂ, ਕਾਫੀ ਮਹਾਨ ਯੋਧੇ ਰਹੇ ਨੇ ਸੂਰਵੀਰ ਯੋਧੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜੀ। ਮੈਂ ਅੰਮ੍ਰਿਤਸਰ ਗੁਰਦੁਆਰਾ ਸ਼ਹੀਦਾਂ ਸਾਹਿਬ ਦਾ ਜ਼ਿਕਰ ਕਰਾਂ ਜੀ, ਤਾਂ ਇਸ ਜਗ੍ਹਾ 'ਤੇ ਕਈ ਲੋਕ ਕਹਿੰਦੇ ਸਾਡੇ ਵਿਗੜੇ ਕੰਮ ਤੱਕ ਬਣਦੇ ਆ, ਸਾਡੇ ਵੀਜ਼ੇ ਨਹੀਂ ਸੀ ਲੱਗਦੇ, ਹਾਂਜੀ ਉਹ ਵੀ ਲੱਗਦੇ ਆ ਬਿਲਕੁਲ। ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ ਉਹਨਾਂ ਲਈ ਫਿਰ ਕਿਹੜਾ ਸ਼ਬਦ ਹੈ, ਉਹਨਾਂ ਲਈ ਕਿਹੜਾ ਮੰਤਰ ਆ? ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ ਮੈਂ ਉਹਨਾਂ ਨੂੰ ਸਾਫ਼ ਕਹਿਣਾ ਚਾਹੁੰਦਾ, ਤੁਹਾਡੇ ਚੈਨਲ ਦੇ ਜ਼ਰੀਏ ਅਤੇ ਇਸ ਪੋਡਕਾਸਟ ਦੇ ਜ਼ਰੀਏ ਉਹਨਾਂ ਨੂੰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਵਾਂ, ਜਪਜੀ ਸਾਹਿਬ ਦੀ ਪੰਜਵੀਂ ਪੌੜੀ ਅਸੀਂ ਉਸ ਦਾ ਬਿਲਕੁਲ, ਤੁਸੀਂ ਅੱਜ ਵੀ ਮੇਰੇ ਚੈਨਲ 'ਤੇ ਰੀਲ ਦੇਖੋ ਪਈ ਹੋਏਗੀ, ਜਪਜੀ ਸਾਹਿਬ ਦੀ ਪੰਜਵੀਂ ਪੌੜੀ ਇਹ ਕੋਸ਼ਿਸ਼ ਕਰਾਉਣ ਵਾਲਿਆਂ ਦੀ ਹਾਰ ਨਹੀਂ ਕਰਾਉਂਦੀ, ਥਾਪਿਆਂ ਨਜਾਇ ਕੀਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ, ਠੀਕ ਹੈ। ਜਿੱਥੇ ਪੰਜ ਪਿਆ ਹੋਏਗਾ ਇਹ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦਾ ਤੁਸੀਂ ਜਾਪ ਕਰੋ, ਜਿਹੜਾ ਵੀ ਕੰਮ ਕਰੋਗੇ। ਹੁਣ ਕਰਨਾ ਕਿਸ ਤਰ੍ਹਾਂ? ਹੁਣ ਇਸ ਨੂੰ ਮੰਤਰ ਹੈ, ਇਹ ਸਭ ਤੋਂ ਵੱਡਾ ਮੰਤਰ ਹੈ ਪੰਜਵੀਂ ਪੌੜੀ। ਹੁਣ ਕਰਨਾ ਕਿੱਦਾਂ? ਅਸੀਂ ਪੰਜਵੀਂ ਪੌੜੀ ਦਾ ਜਾਪ ਕਰ ਰਹੇ ਹਾਂ, ਨਾ ਕੋਈ ਪਿਛਲਾ ਖਿਆਲ ਹੋਵੇ ਨਾ ਅਗਲਾ ਖਿਆਲ ਹੋਵੇ, ਪ੍ਰੈਜ਼ੈਂਟ ਦੇ ਵਿੱਚ ਇੱਛਾ ਰੱਖ ਕੇ ਜਾਪ ਕਰੀਏ। ਰਾਤੀ 12 ਤੋਂ 2 ਵਜੇ ਭੂਤ ਪ੍ਰੇਤ ਸੂਕਰ ਮਰਗਾਜ ਆਤਮਾਵਾਂ ਪੂਰੀਆਂ ਇੱਕ ਨੰਬਰ 'ਤੇ ਹੁੰਦੀਆਂ, ਐਕਟਿਵ ਹੁੰਦੀਆਂ ਪੂਰੀਆਂ। ਉਹ ਇਸ ਵਾਸਤੇ ਐਕਟਿਵ ਹੁੰਦੀਆਂ ਕਿ ਅਕਾਲ ਪੁਰਖ ਤੋਂ ਇਹਨਾਂ ਨੇ ਵੀ ਸਮਾਂ ਮੰਗਿਆ ਸੀ ਕਿ ਮਹਾਰਾਜ ਸਾਨੂੰ ਵੀ ਸਮਾਂ ਦਿਓ, ਸਮਾਂ ਚਾਹੀਦਾ ਬਿਲਕੁਲ, ਕਿ ਜੇਕਰ ਮਨੁੱਖਾਂ ਨੂੰ ਤੁਸੀਂ 24 ਘੰਟੇ ਦਿੱਤੇ ਆ, 8 ਪਹਿਰਾਂ ਦੇ ਵਿੱਚੋਂ ਸਾਨੂੰ ਵੀ ਇੱਕ ਪਹਿਰ ਦਿਓ। ਉਹਨਾਂ ਨੇ ਇੱਕ ਪਹਿਰ ਦਿੱਤਾ ਹੈ 12 ਤੋਂ 2 ਦਾ, ਕਿ ਜਾਓ ਤੁਸੀਂ ਜੋ ਮਰਜ਼ੀ ਕਰ ਸਕਦੇ। ਅੱਗੋਂ ਫਿਰ 3 ਵਜੇ ਅੰਮ੍ਰਿਤ ਵੇਲਾ ਹੋ ਜਾਂਦਾ, ਠੀਕ ਹੈ ਜੀ।
ਇਹ 12 ਤੋਂ 2 ਪ੍ਰਾਪਤੀ ਹੁੰਦੀ ਆ, ਚਾਹੇ ਤੁਸੀਂ ਤੰਤਰ ਵਿੱਦਿਆ ਦੀ ਪ੍ਰਾਪਤੀ ਕਰ ਲਓ, ਮਾੜੀਆਂ ਸ਼ਕਤੀਆਂ ਨੂੰ ਵਸ 'ਚ ਕਰਨ ਦੀ ਕਰ ਲਓ, ਅਤੇ ਚਾਹੇ ਚੰਗੀਆਂ ਸ਼ਕਤੀਆਂ ਨੂੰ ਵਸ 'ਚ ਕਰਨ ਦੀ ਕਰ ਲਓ, ਜਿੰਨੇ ਵੀ ਪ੍ਰਾਪਤੀ ਕਰਨੀ ਆ 12 ਤੋਂ 2 ਰਾਤੀ ਬੈਠੇ ਅਤੇ ਇਸ 5ਵੀਂ ਪੌੜੀ ਦਾ ਜਾਪ ਕਰੇ ਜਾਓ, ਤੁਹਾਡੇ ਇੱਦਾਂ ਵੀਜ਼ੇ ਲੱਗਣਗੇ। ਆ ਪਿੱਛੇ ਜੇ ਇੱਕ ਬਾਬੇ ਦੀ ਵੀਡੀਓ ਵੇਖੀ ਆ, ਉਹ ਹੱਥ ਦੇ ਨਾਲ ਹੀ ਵੀਜ਼ੇ ਲਿਖੀ ਜਾਂਦਾ, ਇਹ ਗੁਰੂ ਨਾਨਕ ਦੀ ਪੌੜੀ ਆ, ਗੁਰੂ ਨਾਨਕ ਦੀ 5ਵੀਂ ਪੌੜੀ ਪੜ੍ਹ ਕੇ ਤੁਹਾਡੇ ਵੀਜ਼ੇ ਵੀ ਲੱਗਣਗੇ। ਰਿਫਿਊਜ਼ਲ ਕਿਸੇ ਦੀ ਨਹੀਂ ਆਏਗੀ, ਜੇਕਰ ਆਏਗੀ ਤਾਂ ਉਸ ਦੀ ਆਏਗੀ ਜਿਹਦੀ ਨੀਅਤ ਚੰਗੀ ਨਹੀਂ ਹੋਏਗੀ, ਜਿਹੜਾ ਦੇਹਧਾਰੀ ਗੁਰੂਆਂ ਕੋਲ ਜਾਂਦਾ ਹੋਏਗਾ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਪੂਰੀ ਬਾਣੀ ਪੜ੍ਹਨ ਨੂੰ ਕਿਹਾ, ਆਪਾਂ ਫਿਰ 5ਵੀਂ ਪੌੜੀ 'ਤੇ ਕਿਉਂ ਆਸ? 5ਵੀਂ ਪੌੜੀ ਦੀ ਆਸ ਇਸ ਵਾਸਤੇ ਰੱਖਣੀ ਹੈ, ਜਪਜੀ ਸਾਹਿਬ ਮਹਾਤਮ ਦੇ ਵਿੱਚੋਂ ਦੱਸਿਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸਿਆ ਬਿਸੰਬਰ ਦਾਸ ਬਾਣੀਏ ਨੂੰ। ਕਿਹੜੀ ਦਾਸ? ਬਿਸੰਬਰ ਦਾਸ ਬਾਣੀਏ ਨੇ ਪੁੱਛਿਆ ਸੀ ਕਿ ਮਹਾਰਾਜ ਇਹ ਤੁਸੀਂ ਜਪਜੀ ਸਾਹਿਬ ਦਾ ਮਹਾਤਮ ਦੱਸੋ। ਅੱਛਾ, ਅਤੇ ਇਸ ਵਾਸਤੇ ਇਹ ਜਿਹੜਾ ਮੈਂ ਸ਼ਾਇਦ ਮੇਰੇ ਹਿਸਾਬ ਨਾਲ ਬਾਣੀਏ ਨੂੰ ਹੀ ਦੱਸਿਆ, ਜੇਕਰ ਮੈਂ ਇੱਥੇ ਗਲਤ ਹੋਵਾਂ ਤਾਂ ਇਤਿਹਾਸ ਆਪਾਂ ਨੂੰ ਪੜ੍ਹਦੇ ਮਤਲਬ ਕਿ ਫਿਰ ਤੋਂ ਮਤਲਬ ਕਿ ਰਿਪੀਟ ਕਰਨਾ ਚਾਹੀਦਾ, ਪਰ ਮੈਂ ਇਹਨਾਂ ਤੁਹਾਨੂੰ ਦੱਸ ਦੇਣਾ, ਜਪਜੀ ਸਾਹਿਬ ਮਹਾਤਮ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਵੀ ਦੱਸ ਰਿਹਾ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜਪਜੀ ਸਾਹਿਬ ਦਾ ਮਹਾਤਮ ਲਿਖਵਾਇਆ, ਇਹ ਇਸ ਵਾਸਤੇ ਲਿਖਵਾਇਆ ਕਿ ਮਹਾਰਾਜ ਨੂੰ ਸਿੰਘਾਂ ਨੇ ਸਵਾਲ ਪੁੱਛਿਆ ਕਿ ਮਹਾਰਾਜ ਅਸੀਂ ਨਜੂਮੀਆਂ ਕਿਉਂ ਨਾ ਜਾਈਏ ਆਉਣ ਵਾਲੇ ਸਮੇਂ 'ਚ, ਤੁਸੀਂ ਤਾਂ ਚਲੇ ਜਾਣਾ। ਜਦੋਂ ਮਹਾਰਾਜ ਹਜ਼ੂਰ ਸਾਹਿਬ ਤੋਂ ਚਲਾਣਾ ਕਰ ਗਏ, ਘੋੜੇ ਸਮੇਤ ਹੀ ਗਏ ਨੇ ਫਿਰ ਉੱਥੋਂ, ਉੱਥੇ ਕੋਈ ਵੀ ਨਸਲ ਅੱਗੇ ਘੋੜੇ ਦੀ ਨਹੀਂ ਵਧੀ ਕਿਉਂਕਿ ਘੋੜਾ ਨਾਲ ਹੀ ਲੈ ਕੇ ਗਏ। ਅਤੇ ਮਹਾਰਾਜ ਕਹਿੰਦੇ ਕਿ ਤੁਹਾਨੂੰ ਇੱਦਾਂ ਦੀ ਸ਼ੈ ਦੇ ਦਿਆਂਗੇ, ਇੱਦਾਂ ਦਾ ਸਿਸਟਮ ਦੇ ਦਿਆਂਗੇ, ਮੌਲਵੀ ਪੰਡਿਤ ਅਤੇ ਨਜੂਮੀ ਤੁਹਾਡੇ ਕੋਲ ਆਉਣਗੇ ਮੰਤਰ ਲੈਣ, ਤੁਹਾਨੂੰ ਨਹੀਂ ਜਾਣਾ ਪਏਗਾ, ਪਰ ਸਾਡੇ ਸਿੱਖ ਮੂਰਖ ਨੇ, ਹਰਾਮਦੇ ਨੇ ਜਿਹੜੇ ਉੱਧਰ ਜਾਂਦੇ ਆ, ਬੀਬੀਆਂ ਸਾਡੀਆਂ ਦਮਾਲੇ ਬਣ ਕੇ ਗਾਤਰੇ ਪਾਏ ਆ। ਬਾਬਾ ਜੀ ਸਾਡਾ ਕੰਮ ਕਰ ਦਿਓ, ਬਾਬਾ ਜੀ ਜੋ ਕਹੋ ਕਰ ਦਿਆਂਗੇ, ਬਾਬਾ ਜੀ ਬਾਬਾ ਐਂ 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 ਹੀ ਹੋ ਜਾਂਦੀਆਂ ਬੀਬੀਆਂ ਸਾਡੀਆਂ। ਪਰ ਉਹਨਾਂ ਬੀਬੀਆਂ ਨੂੰ ਚਾਹੀਦਾ ਕਿ ਬਾਬੇ ਤਾਂ ਆਪ ਹੋਰ ਕੋ ਚਾਹੁੰਦੇ ਨੇ, ਤੁਸੀਂ ਕਰਨ ਗਈਆਂ ਉਹਨਾਂ ਕੋਲ, ਫਿਰ ਕਹਿੰਦੀਆਂ ਕਿ ਸਾਡੇ ਨਾਲ ਗਲਤ ਹੋ ਗਿਆ ਵਾ, ਇਹਨਾਂ ਦੇ ਪਰਚੇ ਦਿਓ, ਤੁਸੀਂ ਕੀ ਲੈਣ ਗਈਆਂ? ਫਿਰ ਬਾਬਿਆਂ ਕੋਲ ਸੁਰਖੀ ਬਿੰਦੀ ਲਾ ਕੇ ਜਾਣਗੀਆਂ। ਮੈਂ ਕਹਿੰਦਾ ਇੱਥੇ ਬਾਪੂ ਗੁਰੂ ਨਾਨਕ ਬੈਠਾ ਹੋਵੇ, ਬਾਪੂ ਗੁਰੂ ਗੋਬਿੰਦ ਸਿੰਘ ਬੈਠਾ ਹੋਵੇ, ਉਹਦੀ ਸਿੱਖਿਆ ਉਹਦੀ ਗੁਰਬਾਣੀ ਬੈਠੀ ਹੋਵੇ, ਸਾਨੂੰ ਕੀ ਲੋੜ ਪਈ ਕਿਤੇ ਜਾਣ ਦੀ? ਦੇਹਧਾਰੀਆਂ ਕੋਲ ਜਾਣਾ ਸਿੱਖ ਵਾਸਤੇ ਜਿੱਦਾਂ ਹਰਾਮ ਆ ਨਾ, ਸੂਰ ਖਾਣਾ ਮੁਸਲਮਾਨਾਂ ਵਾਸਤੇ ਇੱਦਾਂ ਹਰਾਮ ਆ, ਸਾਡਾ ਦੇਹਧਾਰੀਆਂ ਦੇ ਕੋਲ ਜਾਣਾ ਬਿਲਕੁਲ, ਅਤੇ ਇਹਨਾਂ ਨੂੰ ਜਾਣਾ ਨਹੀਂ ਚਾਹੀਦਾ। ਅਤੇ ਜਿਨ੍ਹਾਂ ਨੂੰ ਸ਼ੰਕਾ ਵਾ ਕਿ ਵੀ ਮੰਤਰਾਂ ਦੇ ਨਾਲ ਗੁਰਬਾਣੀ ਦੇ ਨਾਲ ਕੁਛ ਨਹੀਂ ਹੁੰਦਾ, ਮੇਰੇ ਕੋਲ ਆਓ, ਮੈਂ ਤੁਹਾਨੂੰ ਐਸੇ ਸ਼ਬਦ ਦਿੰਦਾ, ਗੱਡੀ ਚਾੜ ਦੇਣਗੇ, ਜਹਾਜ਼ਾਂ ਦੀ ਸੈਰ ਕਰਾ ਦੇਣਗੇ, ਜਿੱਥੇ ਕਹੋ ਉੱਥੇ ਪਹੁੰਚਾ ਦੇਵਾਂਗੇ। ਆਪਣੀ ਹਰ ਇੱਕ ਪੰਕਤੀ ਜਿਹੜੀ ਆ ਉਹ ਗੁਰੂ ਸਾਹਿਬ ਲਿਖ ਕੇ ਗਏ ਜੀ। ਕੋਈ ਮੁਸ਼ਕਲ ਹੋਵੇ ਤੁਸੀਂ ਇਹ ਪਾਠ ਕਰੋ, ਦੁੱਖ ਭੰਜਨੀ ਸਾਹਿਬ ਦਾ ਪਾਠ ਕਰੋ ਜੀ, ਤੁਹਾਡੇ ਦੁੱਖ ਹੈਗੇ ਨੇ ਜ਼ਿੰਦਗੀ ਦੇ ਵਿੱਚ, ਤਕਲੀਫਾਂ ਨੇ ਜੀ, ਤੁਸੀਂ ਦੁੱਖ ਭੰਜਨੀ ਦਾ ਪਾਠ ਕਰੋ। ਜੇ ਤੁਹਾਨੂੰ ਕਿਸੇ ਵੈਰੀ ਤੋਂ ਖਤਰਾ ਆ ਜੀ, ਚੌਪਾਈ ਸਾਹਿਬ ਦਾ ਪਾਠ ਕਰੋ, ਤੁਹਾਡੇ ਆਲੇ ਦੁਆਲੇ ਗੁਰੂ ਸਾਹਿਬ ਦਾ ਜਿਹੜਾ ਚੁਪਹਿਰਾ ਲੱਗਿਆ ਰਹੇ। ਸੋ ਬਿਲਕੁਲ ਹਰ ਇੱਕ ਬਾਣੀ ਦਾ ਜ਼ਿਕਰ ਹਰ ਕਿਤੇ ਕੀਤਾ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਬਾਣੀ ਲਿਖੀ ਹੈ, ਜਾਪ ਸਾਹਿਬ ਬਾਣੀ ਸਾਡੇ ਕੋਲ ਆ, ਤ੍ਰੈ ਪ੍ਰਸਾਦ ਸਵਈਏ ਨੇ ਆਨੰਦ ਸਾਹਿਬ ਜੀ ਜੀ, ਅਰਦਾਸ ਸਭ ਤੋਂ ਵੱਡੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਜੀ ਜੀ, ਜੋ ਆਪਾਂ ਕਰਕੇ ਹਰ ਇੱਕ ਆਪਣੇ ਲਈ ਸਰਬਾਧੇ ਭਲੇ ਲਈ ਮੰਗ ਸਕਦੇ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ। ਅਤੇ ਤਾਂ ਹੀ ਫਿਰ ਆਪਾਂ ਫਿਰ ਦੂਜੇ ਲੋਕਾਂ ਕੋਲ ਜਾ ਕੇ ਕਿਉਂ ਆਪਾਂ ਅਰਦਾਸ ਬੀਤ, ਦੂਜੇ ਲੋਕਾਂ ਕੋਲ ਤਾਂ ਜਾਂਦੇ ਹਾਂ ਕਿ ਵੀ ਸਾਨੂੰ ਮਜ਼ਾ ਆਉਂਦਾ ਵਾ, ਆਪਣਾ ਸਾਰਾ ਕੁਛ ਦੇਣ ਦਾ ਮਜ਼ਾ ਆਉਂਦਾ, ਹਾਂ ਜੀ ਬਾਬਾ ਜੀ ਕੋ ਨਾਲੇ ਖੀਰ ਪੂੜੇ ਖਾਵਾਂਗੇ, ਨਾਲੇ ਪੂੜੀ ਛੋਲੇ ਲੱਗਣਗੇ, ਨਾਲੇ ਸ਼ਰਦਾਈਆਂ 'ਤੇ ਗਫੇ ਲੱਗ ਜਾਣਗੇ, ਅਤੇ ਨਾਲੇ ਦੋ ਗੱਲਾਂ ਮਾਰਾਂਗੇ। ਇਹ ਵਿਹਲੇ ਲੋਕ ਨੇ, ਬਾਬਿਆਂ ਨੂੰ ਕਿੰਨਾ ਨੇ ਬਣਾਇਆ, ਬੀਬੀਆਂ ਨੇ, ਮੈਨੂੰ ਸਾਰਾ ਦਿਨ ਬੀਬੀਆਂ ਦੇ ਫੋਨ ਆਉਂਦੇ ਆ,
ਮੈਨੂੰ ਇੱਦਾਂ ਕਹਿਣਗੇ, ਮੈਂ ਹਰ ਕਿਸੇ ਨੂੰ ਕਹਿੰਦਾ ਮਾਤਾ ਜੀ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਇੱਦਾਂ ਕਹਿਣੀ ਬਾਬਾ ਜੀ ਸਾਡਾ ਨਾ ਕੰਮ ਨਹੀਂ ਹੋਇਆ, ਬਾਬਾ ਜੀ ਕੰਮ ਕਰ ਦਿਓ ਸਾਡਾ। ਮੈਂ ਬੀਬੀ ਕੋਈ ਗੱਲ ਨਹੀਂ ਤੇਰਾ ਕੰਮ ਕਰਦਾ, ਬਾਬਿਆਂ ਨੂੰ ਬੀਬੀਆਂ ਬਣਾਉਂਦੀਆਂ ਵਾਂ, ਹੁਣ ਮੈਂ ਜਾਵਾਂ ਮੈਂ ਵੀ ਬਾਬਾ ਬਣ ਸਕਦਾ ਸੀ, ਮੈਂ ਵੀ ਇੱਦਾਂ ਲਿਬਾਸ ਪਾਉਣਾ, ਚਿੱਟਾ ਚੋਲਾ ਪਾਵਾਂ, ਚਾਰ ਬਾਡੀਗਾਰਡ ਨਾਲ ਰੱਖ ਲਾਂ 5-5 ਹਜ਼ਾਰ 'ਤੇ, ਚਲੋ ਬਈ ਚੱਲੀਏ। ਅਤੇ ਇਸ ਵਾਸਤੇ ਇਹ ਪਖੰਡਵਾਦ ਨੂੰ ਖਤਮ ਕਰਨ ਦੇ ਲਈ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਸ਼ਬਦ ਦਿੱਤੇ, ਗ੍ਰੰਥਾਂ ਦੇ ਵਿੱਚ ਦਿੱਤੇ ਕਿ ਜਿਹੜੇ ਲੋਕ ਇਹਨਾਂ ਬਾਬਿਆਂ ਕੋਲ ਜਾਂਦੇ ਆ। ਆਹ ਹੁਣ ਤੁਸੀਂ ਬਾਬਾ ਪਿੱਛੇ ਵੇਖਿਆ ਯੂਪੀ ਦੇ ਵਿੱਚ ਕਿੱਡੀ ਵੱਡੀ ਘਟਨਾ ਹੋ ਗਈ ਹੈ, ਬਿਲਕੁਲ, ਉਹ ਬਾਬਾ ਵਾਲੇ ਥੱਲੇ ਉਤਰ ਗਿਆ, ਉਹ ਭੀੜ ਉੱਥੇ ਕਾਬੂ 'ਚ ਨਹੀਂ ਰਹੀ, 125 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਬਾਬੇ ਦੀ ਖਾਤਰ। ਬਿਲਕੁਲ, ਉਹ ਦੱਸੋ ਬਾਬਾ ਕਿਹੜਾ ਆ ਗਿਆ, ਉਹ ਮਤਲਬ ਕਿ ਬਾਬਾ ਅਰਸ਼ਾਂ ਤੋਂ ਉਤਰਿਆ ਵਾ। ਕਿੱਡੀ ਮੂਰਖਤਾਈ ਵਾਲੀ ਲੋਕ ਆ, ਮੂਰਖੇ ਨਾਲ ਨਾ ਲੁਜੀ ਆ, ਮਹਾਰਾਜ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕੇ ਆਪਤ ਲਾਜਾ। ਇਹੋ ਜਿਹੇ ਬਾਬੇ ਜਿਹੜੇ ਉੱਪਰ ਐਂ ਕਰੀ ਜਾਣਗੇ, ਐਂ ਕਰੀ ਜਾਣਗੇ, ਇੱਕ ਦੂਜੇ ਨੂੰ ਐਂ ਕਰੀ ਜਾਣਗੇ, ਫਲਾਣ ਕਰੀ ਜਾਣ, ਹਾਂ ਐਂ ਕਰੀ ਜਾਣਗੇ ਬਾਬੇ। ਅੱਜ ਕਹਿ ਲਈਏ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ ਆ ਕੇ ਜੀ ਮਸੀਹ ਭਾਈਚਾਰੇ 'ਚ ਜੋ ਚੱਲ ਰਿਹਾ ਆ ਜੀ, ਜਿਵੇਂ ਉਹ ਫਾਇਰ ਕਰਦੇ ਨੇ, ਉਹਨਾਂ ਦਾ ਜੋ ਆਪਣਾ ਰਵੱਈਆ ਹੈਗਾ ਫਾਇਰ, ਹਾਂ ਜੀ, ਉਸ ਨੂੰ ਲੈ ਕੇ ਕੀ ਸੋਚਦੇ ਹੋ, ਉਹਨਾਂ ਦੇ ਵਿੱਚ ਕੀ ਉਹ ਪਖੰਡਵਾਦ ਹੈ? ਹੁਣ ਤੁਸੀਂ ਇੱਥੇ ਬੈਠੋ, ਕੁਰਸੀ ਤੁਹਾਡੀ, ਮੈਂ ਤੁਹਾਡੀ ਹੁਣੇ ਸੁੱਟ ਸਕਦਾ ਵਾਂ। ਫਾਇਰ, ਤੁਹਾਡੇ 'ਤੇ ਕੁਛ ਅਸਰ ਹੋਇਆ ਨਹੀਂ, ਫਿਰ ਮੈਂ ਕਰ ਲੱਗਾ ਆਉਣ ਕੈਮਰਾਮੈਨ ਸਾਡਾ। ਫਾਇਰ, ਡਿੱਗਿਆ ਕੈਮਰਾਮੈਨ। ਇਹ ਵੇਖੋ ਮੈਂਟਲੀ ਗੱਲ ਆ, ਹੁਣ ਤੁਸੀਂ ਨਸ਼ਾ ਕੋਈ ਕੀਤਾ ਹੋਵੇ, ਤੁਸੀਂ ਸੋਚੀ ਜਾਓ ਕਿ ਸਿਆਣੇ ਬੰਦੇ ਨੇ ਮੈਨੂੰ ਨਹਾਉਂਦੇ ਵਕਤ ਗੱਲ ਕਹੀ, ਕਹਿੰਦੇ ਜਦੋਂ ਤੁਸੀਂ ਸੋਚ ਲਓਗੇ ਨਾ, ਹਾਂਜੀ ਮੈਂ ਨਸ਼ਾ ਅੱਜਣਾ, ਮੈਂ ਭੰਗ ਦੇ 2 ਪਾਟੇ ਪੀਤੇ ਆ। ਬਾਬਾ ਜੀ ਅੱਜ ਤਾਂ ਦੇਗਾਂ ਛਗੀਆਂ ਨੇ, ਕਨੇਡਾ ਅਮਰੀਕਾ ਇੱਥੇ ਹੀ ਆ ਸਾਰਾ। ਜਦੋਂ ਅਸੀਂ ਸੋਚ ਲਈ ਨਾ, ਮੈਂਟਲੀ ਸੋਚ ਬਣਾ ਲਈ, ਹਾਂਜੀ ਪੀਤੀ ਪੀਤੀ, ਫਿਰ ਬੰਦੇ ਨੂੰ ਐਂ ਚੜ੍ਹ ਜਾਣੀ। ਅੱਛਾ, ਇਹ ਵੀ ਕਹਿੰਦੇ ਆਪਣਾ ਸਬਕੌਨਸ਼ੀਅਸ ਮਾਈਂਡ ਕੰਮ ਕਰਦਾ ਕਿਤੇ ਨਾ ਕਿਤੇ। ਬਿਲਕੁਲ ਬਿਲਕੁਲ, ਇਹ ਉਹੀ ਹੋ ਰਿਹਾ ਉੱਥੇ। ਹੁਣ ਤੁਸੀਂ ਇੱਥੇ 5 ਮਿੰਟ ਬੈਠੇ, ਫਾਇਰ, ਹੁਣ ਤੁਸੀਂ ਮੈਨੂੰ ਕੀਤਾ ਕਿਹਾ, ਹੁਣ ਮੈਂ ਤੁਹਾਨੂੰ ਕਹਾਂ ਕਿ ਯਾਰ ਧਿਆਨ ਨਾ ਮੇਰਾ ਕੈਮਰਾਮੈਨ ਡਿੱਗ ਜੇ। ਹੁਣ ਤੁਹਾਡੇ ਖਿਆਲ 'ਚ ਇਹ ਨਹੀਂ ਆਊਗਾ ਕਿ ਉਹ ਬਚ ਗਿਆ ਵਾ, ਤੁਹਾਡੇ ਖਿਆਲ 'ਚ ਇਹ ਆਊਗਾ ਕਿ ਉਹ ਡਿੱਗਣ ਵਾਲਾ? ਉਹ ਡਿੱਗਣ ਵਾਲਾ, ਡਿੱਗਣ ਵਾਲਾ, ਉਹ ਡਿੱਗਣ ਵਾਲਾ, ਹਾਂ ਬਿਲਕੁਲ। ਇਹ ਇਸੇ ਨੂੰ ਹੀ ਵਸ਼ੀਕਰਨ ਕਹਿੰਦੇ ਆ ਕਿ ਉਹ ਮਤਲਬ ਕਿ ਕਹਿੰਦੇ ਆ ਨਾ, ਮਾਵਾਂ ਜਿਹੜੀਆਂ ਸੀਗੀਆਂ ਪੁਰਾਣੇ ਸਮੇਂ ਦੀਆਂ, ਬੱਚੇ ਦੀ ਆਉਂਦੇ ਸਮੇਂ ਜਾਂਦੇ ਸਮੇਂ ਮਿਰਚਾਂ ਵਾਰਦੀਆਂ ਸੀ, ਕਾਲਾ ਟਿੱਕਾ ਲਾਉਂਦੀਆਂ ਸੀ ਕੰਨ ਦੇ ਪਿੱਛੇ। ਕਿਉਂ ਲਾਉਂਦੀਆਂ ਸੀ? ਲੋਕਾਂ ਦੀ ਨਿਗਾਹ ਬੜੀ ਭੈੜੀ ਹੈ। ਅੱਜ ਤੁਸੀਂ ਗੱਡੀ ਲੈ ਆਓ, ਆਂਢੀ ਗੁਆਂਢੀ ਸੜ ਜਾਣਗੇ, ਰਿਸ਼ਤੇਦਾਰ ਸੜ ਜਾਣਗੇ, ਇਹਦਾ ਸਾਡਾ ਕੱਖ ਨਹੀਂ ਬਣਿਆ, ਇਹ ਵੇਖ ਗੱਡੀਆਂ ਘੁੰਮਦੇ ਆ, ਹੈ ਜੀ, ਬਿਲਕੁਲ ਸਹੀ ਗੱਲ ਕਿ ਨਹੀਂ ਸਹੀ ਗੱਲ? ਅਤੇ ਇਸ ਵਾਸਤੇ ਨਿਗਾਹ ਬੜੀ ਮੈੜੀ ਹੁੰਦੀ ਆ। ਤੁਸੀਂ ਕੁਛ ਨਾ ਕਰੋ, 98% ਕਾਮ ਜਿਹੜਾ ਉਹ ਨਿਗਾਹ ਅੱਖਾਂ ਰਹੀ ਜਾਂਦਾ। ਅੱਖਾਂ ਬੰਦ ਕਰ ਲਓ, ਸੁਣੀ ਜਾਓ ਮਾੜੀਆਂ ਚੀਜ਼ਾਂ, ਪਰ ਅੰਦਰ ਨਹੀਂ ਜਾਣਗੀਆਂ। ਕਿਤੇ ਜਦੋਂ ਨੈਗੇਟਿਵਿਟੀ ਬਾਰੇ ਆਪਾਂ ਸੋਚਦੇ ਹਾਂ, ਹਾਂ, ਪਰ ਸਾਡੇ ਅੰਦਰ ਹੋਰ ਨੈਗੇਟਿਵਿਟੀ ਹੁੰਦੀ ਆ, ਉਹ ਜਦ ਜਲਦੀ ਅਟਰੈਕਟ ਕਰਦੀ ਉਹ ਚੀਜ਼ਾਂ ਨੂੰ, ਪਰ ਜਦੋਂ ਆਪਾਂ ਚੀਜ਼ਾਂ ਨੂੰ ਸੋਚਣਾ ਬੰਦ ਕਰ ਦਾਂਗੇ ਤਾਂ ਸਾਡੇ ਉਹ ਚੀਜ਼ਾਂ ਅੰਦਰੋਂ ਖਤਮ ਹੋ ਜਾਣਗੀਆਂ। ਦੇਖੋ, ਕੋਈ ਵੀ ਚੀਜ਼ ਹੈ, ਚਾਹੇ ਅਸੀਂ ਰੋਟੀ ਖਾ ਰਹੇ ਹਾਂ, ਚਾਹੇ ਅਸੀਂ ਕੁਛ ਦੇਖ ਰਹੇ ਹਾਂ, ਮਹਾਰਾਜ ਕਹਿੰਦੇ ਅੱਖੀਂ ਵੇਖਣਾ ਰੱਜੀਆਂ ਬਾਹੋਂ ਰੰਗ ਤਮਾਸੇ, ਅੱਖਾਂ ਕਦੇ ਵੀ ਨਹੀਂ ਰੱਜਦੀਆਂ। ਇਹ ਦੁਨੀਆਂ ਦੇ ਵਿੱਚ ਆਏ ਹਾਂ ਅਤੇ ਦੇਖਣਾ ਹੀ ਦੇਖਣਾ ਕੁਛ। ਪਹਿਲਾਂ ਅਸੀਂ ਚੀਜ਼ ਨੂੰ ਦੇਖਦੇ ਹਾਂ, ਫਿਰ ਖਾਂਦੇ ਹਾਂ, ਦੇਖਣ ਤੋਂ ਬਾਅਦ ਅਸੀਂ ਸਮੈਲ ਲੈਂਦੇ ਹਾਂ ਕਿ ਇਹ ਚੀਜ਼ ਕਿਸ ਤਰ੍ਹਾਂ ਦੀ ਹੈ, ਪਰ ਦੇਖਣ ਅਤੇ ਸਮੈਲ ਲੈਣ ਤੋਂ ਬਗੈਰ ਅਸੀਂ ਜੇਕਰ ਚੀਜ਼ ਖਾਵਾਂਗੇ, ਮੈਨੂੰ ਲੱਗਦਾ ਕਿ ਵੀ ਸਾਡੀ ਬੋਡੀ ਦੇ ਵਿੱਚ ਇੱਕ ਕੈਮੀਕਲ ਰਿਐਕਸ਼ਨ ਹੋਏਗੀ ਜਿਹਨੂੰ ਜ਼ਹਿਰ ਦਾ ਕੰਮ ਕਰੇਗਾ। ਹੁਣ ਇੱਕ ਪਾਸੇ ਬਗੈਰ ਦੇਖੇ
ਤੁਹਾਨੂੰ ਕਹਿ ਦਿੱਤਾ ਜਾਏ ਕਿ ਇੱਕ ਪਾਸੇ ਤੁਹਾਨੂੰ ਸੱਪ ਨੇ ਡੰਗ ਮਾਰਨਾ, ਇੱਕ ਪਾਸੇ ਸੂਈ ਹੈ, ਤੁਸੀਂ ਜੱਜ ਨਹੀਂ ਕਰ ਸਕਦੇ ਕਿ ਸੱਪ ਨੇ ਡੰਗ ਮਾਰਿਆ ਕਿ ਸੂਈ ਨੇ ਮਾਰਿਆ, ਨਹੀਂ ਦੇਖ ਸਕਦੇ। ਉਹ ਕੈਮੀਕਲ ਰਿਐਕਸ਼ਨ ਅੰਦਰੋਂ ਹੀ ਪੈਦਾ ਹੋ ਜਾਂਦੀਆਂ ਨੇ, ਬਿਮਾਰੀਆਂ ਕਦੀ ਵੀ ਬਾਹਰੋਂ ਨਹੀਂ ਆਉਂਦੀਆਂ, ਬਿਮਾਰੀਆਂ ਅੰਦਰ ਹੀ ਨੇ, ਸਾਰਾ ਕੁਛ ਅੰਦਰ ਹੀ ਹੈ, ਹਰ ਇੱਕ ਚੀਜ਼ ਭਿਆਨਕ ਤੋਂ ਭਿਆਨਕ ਚੀਜ਼ ਅੰਦਰ ਪਈ ਹੈ। ਇਹ ਅਸੀਂ ਕਿੱਦਾਂ ਬਾਹਰ ਲੈ ਕੇ ਜਾਂਦੇ, ਜਿਸ ਨੂੰ ਲਾਅ ਆਫ ਅਟਰੈਕਸ਼ਨ ਕਹਿੰਦੇ ਹਾਂ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਨਿਕਲੋਏ ਮੈਕਲੋਏ ਨੇ ਇੱਕ ਥੈਰੇਪੀ ਇਜ਼ਾਦ ਕੀਤੀ ਸੀ ਲਾਅ ਆਫ ਅਟਰੈਕਸ਼ਨ, ਉਸ ਨੂੰ ਮੈਨੂੰ ਨਾਮ ਚੇਤੇ ਭੁੱਲ ਗਿਆ, ਮੈਨੂੰ ਵਰਡ ਨਹੀਂ ਆ ਰਿਹਾ, ਉਸ ਨੂੰ ਕਹਿੰਦੇ ਨੇ ਕਿ ਜੋ ਅਸੀਂ ਸੋਚਦੇ ਹਾਂ ਉਹ ਚੀਜ਼ ਸਾਡੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਉਹ ਇੱਕ ਆਕ੍ਰਿਤੀ ਸਾਇੰਸ ਦੇ ਹਿਸਾਬ ਨਾਲ ਇੱਕ ਆਰਟੀਫਿਸ਼ਲ ਆਕ੍ਰਿਤੀ, ਇਹ ਆਕ੍ਰਿਤੀ ਸਾਡੇ ਸਾਹਮਣੇ ਬਣ ਜਾਂਦੀ ਹੈ, ਅਤੇ ਇੱਕ ਮੰਤਰਾਂ ਅਤੇ ਯੰਤਰਾਂ ਦੀ ਸ਼ਕਤੀ ਦੇ ਨਾਲ। ਮੇਰੇ ਕੋਲ ਇੱਕ ਫੋਟੋ ਪਈ ਹੈ, ਤੁਸੀਂ ਮੈਂ ਇੱਕ ਦਿਨ ਬੈਠਾ ਸ਼ਬਦ ਦਾ ਉਚਾਰਨ ਕੀਤਾ, ਉਸ ਛੰਦ ਦਾ ਮੈਂ ਨਾਂ ਨਹੀਂ ਦੱਸਾਂਗਾ ਕਿਉਂਕਿ ਐਸੇ ਛੰਦ ਨੇ ਜਿਹੜੇ ਮੁਰਦੇ ਨੂੰ ਵੀ ਜਿਉਂਦਾ ਕਰ ਦਿੰਦੇ ਨੇ। ਅੱਛਾ, ਬਿਲਕੁਲ ਜੀ, ਪੱਕੀ ਗੱਲ। ਜਪਜੀ ਸਾਹਿਬ ਦੇ ਵਿੱਚ ਇੱਕ ਐਸੀ ਪੌੜੀ ਹੈ, ਮਹਾਰਾਜ ਨੇ ਬਾਅਦ ਵਿੱਚ ਨਹੀਂ ਸੀ ਵਿੱਚ ਲਿਖਾਈ, ਪਰ ਉਹ ਮੁਰਦੇ ਨੂੰ ਜਿਉਂਦਾ ਕਰਦੀ। ਪਰ ਇਸ ਤਰੀਕੇ ਨਾਲ ਫਿਰ ਕਹਿਣਗੇ ਕਿ ਇਹ ਮਨਪ੍ਰੀਤ ਤੁਹਾਨੂੰ ਪਖੰਡ 'ਚ ਪਾ ਰਿਹਾ, ਇਹ ਜਿਵੇਂ ਮਸੀਹ ਭਾਈਚਾਰੇ ਦੇ ਵਿੱਚ ਕਹਿੰਦੇ ਕਿ ਅਸੀਂ ਮੁਰਦਾ ਜਿਉਂਦਾ ਕਰ ਦਾਂਗੇ, ਇਹਦੇ ਮਨਪ੍ਰੀਤ ਆਖਦੇ ਆ ਕਿ ਜਪਜੀ ਸਾਹਿਬ ਦੇ ਵਿੱਚ ਇਹ ਪੌੜੀ ਲਿਖੀ ਹੈ। ਵੇਖੋ ਜੀ, ਮੁਰਦਿਆਂ ਨੂੰ ਜਾਣ ਪਾਉਣ ਵਾਲੀ ਬਾਣੀ ਹੈ, ਸਭ ਤੋਂ ਵੱਡੀ ਐਗਜ਼ਾਮਪਲ ਬਾਬਾ ਦੀਪ ਸਿੰਘ ਸਾਹਿਬ, ਮੈਂ ਕਹਿੰਦੀ ਮਰ ਜੀਵੜੇ, ਜਦੋਂ ਵਾਰ ਸਾਂਝਾ ਹੋਇਆ ਜਮਾਲ ਖਾਂ ਦੇ ਨਾਲ, ਸਿੰਘਾਂ ਬੇਨਤੀ ਕੀਤੀ ਹੈ, ਬਾਬਾ ਜੀ ਨੇ ਸੱਜੇ ਹੱਥ 'ਚ 18 ਸੇਰ ਦਾ ਖੰਡਾ ਫੜਿਆ, ਖੱਬੇ ਹੱਥ 'ਚ ਸੀਸ, ਵੈਰੀਆਂ ਦੇ ਆਓ ਲਾਂਦੀ ਜਾਂਦੇ ਆ, ਪਿੱਛੋਂ ਮੌਤ ਕਹਿੰਦੀ ਹੈ ਬਾਬਾ ਮੈਂ ਆ ਰਹੀ ਹਾਂ, ਹੁਣੀ ਮੈਂ ਹੋ ਕੇ ਰਹਿਣਾ, ਬਾਬਾ ਜੀ ਕਹਿੰਦੇ ਤੂੰ ਹੋ ਕੇ ਰਹਿਣਾ, ਅਸੀਂ ਤੈਨੂੰ ਨਹੀਂ ਰਹਿਣ ਦੇਣਾ, ਤੈਨੂੰ ਹੋਣ ਹੀ ਨਹੀਂ ਦੇਣਾ। ਬਾਬਾ ਦੀਪ ਸਿੰਘ ਸਾਹਿਬ ਨੇ ਜਿਵੇਂ ਰਾਵਣ ਨੇ ਕਾਲ ਨੂੰ ਬੰਨਿਆ ਸੀ, ਬਾਬਾ ਦੀਪ ਸਿੰਘ ਸਾਹਿਬ ਨੇ ਕਾਲ ਨੂੰ ਖਤਮ ਕਰ ਦਿੱਤਾ। ਅੱਜ ਵੀ ਸਿੰਘ ਮੌਤ ਤੋਂ ਡਰਾਇਆ ਨਹੀਂ ਡਰਦੇ, ਬਿਲਕੁਲ, ਅੱਜ ਵੀ ਕਿਤੇ ਲੋੜ ਪੈ ਜਾਵੇ ਸਿਰਾਂ ਦੀ, ਬੁਜ਼ਦਲ ਤੋਂ ਬੁਜ਼ਦਲ ਸਿੰਘ ਕਿਉਂ ਨਾ ਹੋਵੇ। ਸਿੱਖ ਕੌਮ ਮੁੱਕਿਆ ਮਕਾਇਆ ਮੁੱਕਦੀ ਨਹੀਂ, ਮੁੱਕਦੀ ਨਹੀਂ, ਇਸ ਕਰਕੇ ਸਿੱਖ ਕੌਮ ਨੂੰ ਆਪਣੇ ਬੰਦੇ ਗਦਾਰ ਮਾਰ ਸਕਦੇ ਆ, ਇਹ ਤਾਂ ਜ਼ਿੰਦਾ ਸ਼ਹੀਦ ਨੇ। ਸਿੱਖ ਨੂੰ ਸਿੱਖ ਮਾਰੇ ਜਾਂ ਮਾਰੇ ਕਰਤਾਰ, ਜਾਂ ਮਾਰੇ ਕਰਤਾਰ, ਕਰਤਾਰ ਤਾਂ ਮਾਰਦੇ ਨੇ। ਕਰਤਾਰ ਕਹਿੰਦਾ ਖਾਲਸਾ ਹੋਵੇ ਖੁਦ ਖੁਦਾ, ਜਿਹਨੂੰ ਖੂਬੀ ਖੂਬ ਖੁਬਾਏ, ਜਿੰਨੀਆਂ ਖੂਬੀਆਂ ਮੇਰੇ ਖਾਲਸੇ ਦੇ ਵਿੱਚ ਨੇ ਗਣਾ ਉਹ ਕਿਹਦੇ ਵਿੱਚ ਨੇ। ਸਭ ਤੋਂ ਪਹਿਲੇ ਨੰਬਰ 'ਤੇ ਸਿੱਖ ਕਮਿਊਨਿਟੀ ਲੰਗਰ ਲਾਉਂਦੀ ਹੈ। ਕੋਈ ਹੈ ਦੁਨੀਆ ਦੇ ਵਿੱਚ ਐਸਾ ਸਥਾਨ ਜਿੱਥੇ 24 ਘੰਟੇ ਲੰਗਰ ਚੱਲਦਾ ਹੋਵੇ ਸਿਵਾਏ ਸ੍ਰੀ ਹਰਿਮੰਦਰ ਸਾਹਿਬ ਤੋਂ? ਬਿਲਕੁਲ, ਹੈ ਕੋਈ ਸਥਾਨ ਗਣਾ ਦਿਓ। ਪਿੱਛੇ ਜੇ ਮੈਨੂੰ ਕਿਸੇ ਨੇ ਦੱਸਿਆ ਮੈਂ ਮੰਦਰ ਦਾ ਨਾਂ ਨਹੀਂ ਲੈਣਾ, ਤਾਂ ਮੰਦਰ ਦਾ ਜਿਹੜਾ ਪ੍ਰਬੰਧ ਉਹ ਹੈਂਡਲ ਕਰਦੇ ਨੇ, ਉਸ ਮੰਦਰ ਦੇ ਵਿੱਚ ਕਿੰਨੇ ਰੁਪਈਏ ਲੈ ਕੇ ਅਤੇ ਫਿਰ ਥਾਲੀ ਮਿਲਦੀ ਹੈ ਲੰਗਰ ਦੀ, ਲੰਗਰ ਦੀ, ਅਤੇ ਉਹ ਥਾਲੀ ਦੇ ਵਿੱਚ ਪਾਣੀ ਸਾਰਾ ਭੋਜਨ, ਜਿਹਦਾ ਤੁਸੀਂ ਨਾ ਹੀ ਲੰਗਰ ਰੱਖ ਦਿੱਤਾ ਤੁਸੀਂ ਪੈਸੇ ਕਾਹਦੇ ਵਾਸਤੇ ਰਹੇ ਦੇ। ਅੱਜ ਦੇਸ਼ ਦੇ ਕਿੱਡੇ ਕਿੱਡੇ ਚੋਟੀ ਦੇ ਲਾਲੇ ਅਮੀਰ ਨੇ ਕੀ ਗੱਲ, ਮੰਦਰਾਂ ਨੂੰ ਕੀ ਕਰ ਨਹੀਂ ਸਕਦੇ ਡੋਨੇਸ਼ਨ? ਤਾਂ ਨਹੀਂ ਕਰ ਸਕਦੇ ਕਿਉਂਕਿ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਜਿਹੜਾ 20 ਰੁਪਏ ਦਾ ਲੰਗਰ ਪਹਿਲਾਂ ਚਲਾ ਕੇ ਰੱਖ ਦਿੱਤਾ ਉਹੀ 20 ਰੁਪਏ ਦੀ ਬਰਕਤ ਅੱਜ ਸਿੱਖਾਂ ਦੇ ਮਨ ਦੇ ਵਿੱਚ ਹੈ, ਉਹੀ 20 ਰੁਪਏ ਦਾ ਵਿਆਜ ਅਤੇ ਮੁੱਲ ਅੱਜ ਸਿੰਘ ਖਾ ਰਹੇ ਨੇ ਅਤੇ ਲੰਗਰ ਥਾਂ ਥਾਂ 'ਤੇ ਲੱਗਣ ਦੇ, ਉਹੀ 20 ਰੁਪਏ ਦਾ ਚਲਾਇਆ ਹੋਇਆ ਲੰਗਰ ਆ। ਇਸ ਵਾਸਤੇ ਦੱਸੋ ਕਿਹੜੇ ਇਤਿਹਾਸ ਦੇ ਵਿੱਚ ਐਸੀਆਂ ਸਾਖੀਆਂ ਆਉਂਦੀਆਂ, ਇਹ ਸਿੰਘਾਂ ਦੀ ਲੈਗਸੀ ਆ, ਜਿਹੜੇ ਸਿੰਘ ਸਿੱਖੀ ਨੂੰ ਛੱਡਦੇ ਆ ਉਹਨਾਂ ਦੇ ਉੱਤੇ ਲੱਕ ਆ, ਸਿੱਖੀ ਨੂੰ ਨਾ ਛੱਡੋ। ਜਿਹਨੂੰ ਕੁਛ ਚਾਹੀਦਾ ਵਾ ਕਿ ਸਾਨੂੰ ਪਰਿਵਾਰ ਦੇ ਅਸੀਂ ਖਰਚਾ ਨਹੀਂ ਚਲਾ ਸਕਦੇ, ਮੈਨੂੰ ਦੱਸੋ, ਜਿੰਨਾ ਜਿੰਨੇ ਜੋਗਾ ਮੈਂ ਹੈਗਾ ਮੈਂ ਕਰਾਂਗਾ,
ਬਾਕੀ ਸਿੱਖ ਪੰਥ ਬੜਾ ਵੱਡਾ, ਸਿੱਖ ਪੰਥ ਚਾਹੇ ਵਰਲਡ ਦੀਆਂ ਸਰਕਾਰਾਂ ਅੱਜ ਸਿੱਖਾਂ ਨੇ ਸਾਂਭੀਆਂ, ਵਰਲਡ ਪਾਵਰ ਸਿੱਖਾਂ ਦੇ ਕਹਿਣ 'ਤੇ ਚੱਲਦੀ ਹੈ, ਇੰਗਲੈਂਡ ਦੀ ਪਾਰਲੀਮੈਂਟ ਸਿੱਖਾਂ ਦੇ ਕਹਿਣ 'ਤੇ ਚੱਲਦੀ ਹੈ, ਕੈਨੇਡਾ ਦੀ ਪਾਰਲੀਮੈਂਟ ਸਿੱਖਾਂ ਦੇ ਕਹਿਣ 'ਤੇ ਚੱਲਦੀ ਹੈ, ਅਮਰੀਕਾ ਵਰਗੇ ਦੇਸ਼ ਸਿੱਖਾਂ ਤੋਂ ਸਲਾਹ ਲੈਂਦੇ ਨੇ। ਕੀ ਗੱਲ, ਸਿੱਖਾਂ ਦਾ ਰਾਜ ਨਹੀਂ, ਖਾਲਸਾ ਰਾਜ ਅੱਜ ਵੀ ਹੈ। ਅੱਛਾ ਮਨਪ੍ਰੀਤ, ਮੈਂ ਮੁੜ ਤੋਂ ਮੰਤਰਾਂ 'ਤੇ ਆਉਂਦਾ, ਤੁਸੀਂ ਮੰਤਰ ਦਾ ਜੰਤਰ ਅਤੇ ਤੰਤਰ ਸਾਡਾ ਰਹਿ ਗਿਆ, ਉਹ ਨਹੀਂ ਦੱਸਿਆ ਨਹੀਂ ਆਪਾਂ, ਪਹਿਲਾਂ ਅੱਜ ਮੰਤਰਾਂ 'ਤੇ ਕਵਰ ਕਰਾਂਗੇ ਜੀ, ਜੰਤਰ ਤੰਤਰ 'ਤੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਗੱਲਬਾਤ ਬਹੁਤ ਲੰਬੀ ਚੱਲ ਜਾਏਗੀ। ਜੀ ਜੀ ਠੀਕ ਹੈ ਜੀ, ਆਪਾਂ ਮੰਤਰਾਂ 'ਤੇ ਜ਼ਿਕਰ ਕਰਦੇ ਹਾਂ। ਜੇ ਤੁਸੀਂ ਪਹਿਲਾਂ ਮੰਤਰ ਦੱਸਿਆ ਕਿ ਜਿੱਦ ਕਿਸੇ ਦੇ ਰੁੱਖ ਦੇ ਕੰਮ ਆ, ਵਿਗੜਦੇ ਕੰਮ ਬਣ ਜਾਣਗੇ, ਜਪਜੀ ਸਾਹਿਬ ਦੀ ਪੰਜਵੀਂ ਪੌੜੀ, ਹਾਂ ਸਾਰੇ ਜਾਇ ਕੀਤਾ ਆਲ ਰਾਉਂਡਰ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣ ਦਾਣ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰੈ ਸੋ ਕਰ ਲੈ ਜਾਏ, ਗੁਰਮੁਖ ਨਾਦਨ ਗੁਰਮੁਖ ਵੇਦਰ, ਗੁਰਮੁਖ ਰਾਇਆ ਸਮਾਈ। ਪੰਜਵੀਂ ਬਾਣੀ ਪੰਜਵੀਂ ਪੌੜੀ ਆਪਾਂ ਪੜਾਂਗੇ। ਜੇਕਰ ਘਰ ਦੇ ਵਿੱਚ ਕੋਈ ਬਿਮਾਰੀ ਆ, ਦੂਰ ਨਹੀਂ ਹੋ ਰਹੀ, ਲੱਕ ਇਲਾਜ ਹੋ ਗਿਆ, ਕਈ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਘਰ ਦੇ ਵਿੱਚ, ਤਾਂ ਉਹਦੇ ਲਈ ਸਾਡੇ ਗੁਰੂ ਸਾਹਿਬ ਦੀ ਜੇ ਗੱਲ ਕਰਾਂ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜ਼ਿਕਰ ਹੁੰਦਾ ਹੈ ਕਿ ਉਹਨਾਂ ਤੋਂ ਵੱਡਾ ਕੋਈ ਦੁੱਖ ਭੰਜਣ ਮੇਰਾ ਨਾਮ, ਬਿਲਕੁਲ, ਅਤੇ ਉਹਦੇ ਲਈ ਕਿਹੜੀ ਜਿਹੜੀ ਬਾਣੀ ਉਹ ਪੜ੍ਹਨੀ ਚਾਹੀਦੀ? ਸਭ ਤੋਂ ਵੱਡਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹੁ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮ ਕਾ ਦੁੱਖ ਲਗੇਣਾ ਪਾਈ, ਸਾਰੇ ਪਾਸਿਆਂ ਤੋਂ ਘੇਰਾ ਹੀ ਜੇਕਰ ਪਰਮੇਸ਼ਰ ਦੇ ਰਾਮ ਰਮਿਆ ਹੋਇਆ, ਅਯੋਧਿਆ ਵਾਲੇ ਰਾਮ ਦੀ ਨਹੀਂ ਮੈਂ ਗੱਲ ਕਰ ਰਿਹਾ, ਜਿਹੜਾ ਰਮਿਆ ਹੋਇਆ ਰਾਮ ਪਰਮੇਸ਼ਰ ਦਾ ਨਾਮ ਹੈ ਉਹਦਾ ਘੇਰਾ ਬਣ ਜਾਏਗਾ, ਦੁੱਖ ਲਗੇਣਾ ਭਾਈ, ਚੌਗਿਰਦ ਹਮਾਰੇ ਰਾਮ ਕਾ ਦੁੱਖ ਲਗੇਣਾ ਭਾਈ, ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀ ਆਏ ਕਾਲੇ ਬੁਲਾਈ, ਰਹਾਉ ਰਾਖ ਲਈਏ ਤਿਨ ਰੱਖਣ ਹਰ ਸਾਬਿਆ ਦੀ ਮਿਟਾਈ, ਕਹੋ ਨਾਨਕ ਕਿਰਪਾ ਭਾਈ ਪ੍ਰਭ ਪਏ ਸਹਾਈ। ਇੱਥੋਂ ਤੱਕ ਜਾਪ ਕਰੇ, ਇਸ ਦਾ ਜਾਪ ਤਕਰੀਬਨ ਰੋਜ਼ ਦਾ 50 ਵਾਰ ਕਰੇ, 50 ਵਾਰ ਕਰ ਲਓ, ਇੱਕ ਮਾਲਾ ਕਰ ਲਓ, ਜਿੰਨੀਆਂ ਤੁਸੀਂ ਮਾਲਾ ਕਰ ਸਕਦੇ, ਪਰ ਕਰੋ 50 ਦਿਨ, ਜਿੰਨੀ ਬਾਣੀ ਤੁਸੀਂ ਕੱਢ ਸਕਦੇ 50 ਦਿਨ ਕਰੋ, ਲਾਗੇ ਪਾਣੀ ਦਾ ਗਲਾਸ ਰੱਖ ਕੇ ਕਰੋ, ਕੋਈ ਤੁਹਾਡੇ ਆਲੇ ਦੁਆਲੇ ਨਹੀਂ ਹੋਣਾ ਚਾਹੀਦਾ, ਜਦੋਂ ਤੁਸੀਂ ਅੱਖਾਂ ਖੋਲਣੀਆਂ ਪਾਣੀ ਵੱਲ ਨਿਗਾਹ ਮਾਰਨੀ ਆ, ਜਦੋਂ ਨਿਗਾਹ ਮਾਰ ਲਈ ਪਾਣੀ ਵੱਲ, ਉਹ ਸਾਡੀ ਤੁਹਾਡੀ ਸਾਰੀ ਵਾਈਬ੍ਰੇਸ਼ਨ ਪਾਣੀ, ਕਿਉਂਕਿ ਪਾਣੀ ਨਾ ਵਾਈਬ੍ਰੇਸ਼ਨ ਕੈਦ ਕਰ ਲੈਂਦਾ, ਜਿੰਨੇ ਨਿਊਕਲੀਅਰ ਟੈਸਟ ਹੁੰਦੇ ਆ ਸਮੁੰਦਰ ਦੇ ਵਿੱਚ ਹੁੰਦੇ ਆ, ਕਿਉਂਕਿ ਇਹ ਪਾਣੀ ਅਬਜ਼ੋਰਬ ਕਰ ਲੈਂਦਾ, ਨਿਊਕਲੀਅਰ ਰਿਐਕਟਰ ਜਿਹੜੇ ਨੇ, ਕਿਉਂਕਿ ਸਾਇੰਸ ਵੀ ਨਾਲ ਨਾਲ ਸਮਝਾਉਣੀ ਜ਼ਰੂਰੀ ਹੈ, ਕਿਉਂਕਿ ਸਾਡਾ ਮਾਡਰਨ ਜ਼ਮਾਨਾ, ਉਹ ਸਾਨੂੰ ਸਵਾਲ ਪੁੱਛਣਗੇ ਬਾਬਾ ਜੀ ਇਹ ਕਿੱਦਾਂ, ਬਾਬਾ ਜੀ ਇਹ ਕਿੱਦਾਂ ਹੋ ਸਕਦਾ, ਜਲ ਕਿਉਂ ਰਾਗੇ ਰੱਖਣਾ ਵਾ, ਤੁਸੀਂ ਕਰੀ ਜਾਂਦੇ ਜੇ, ਤੁਸੀਂ 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 ਮਤਲਬ ਕਿ ਪਖੰਡੀ ਜੇ, ਫਲਾਣ ਜੇ, ਢੀਂਗ ਜੇ, ਤੁਹਾਨੂੰ ਪਤਾ ਲੋਕ ਇੱਦਾਂ ਬੋਲ ਦਿੰਦੇ ਆ, ਅਤੇ ਪਾਣੀ ਜਿਹੜਾ ਨਾ ਵਾਈਬ੍ਰੇਸ਼ਨ ਮਹਿਸੂਸ ਕਰ ਲੈਂਦਾ ਵਾ, ਜਿਵੇਂ ਹਰ ਕਿਸੇ ਗੁਰਦੁਆਰੇ ਦੇ ਆਲੇ ਦੁਆਲੇ, ਮੰਦਰ ਦੇ ਆਲੇ ਦੁਆਲੇ, ਮਸਜਿਦ ਦੇ ਆਲੇ ਦੁਆਲੇ, ਜਿਵੇਂ ਸਰੋਵਰ ਹੁੰਦੇ ਨੇ, ਮਤਲਬ ਕਿ ਪਾਣੀ ਦੇ ਕੁੰਡ ਹੁੰਦੇ ਨੇ, ਠੀਕ ਹੈ, ਤੁਸੀਂ ਕਿਤੇ ਮਸਜਿਦ ਜਾਓ ਉੱਥੇ ਪਾਣੀ ਦੇ ਕੁੰਡ ਹੁੰਦੇ ਨੇ, ਮੰਦਰ ਜਾਓ ਆਲੇ ਦੁਆਲੇ ਸਰੋਵਰ ਹੁੰਦੇ ਨੇ, ਇੱਕ ਪਾਸੇ ਹੁੰਦੇ ਨੇ, ਪਰ ਗੁਰਦੁਆਰਾ ਇੱਕ ਐਸੀ ਚੀਜ਼ ਹੈ ਕਿ ਗੁਰਦੁਆਰਾ ਵਿੱਚ ਹੁੰਦਾ, ਆਲੇ ਦੁਆਲੇ ਸਰੋਵਰ ਹੁੰਦਾ, ਠੀਕ ਹੈ, ਅਕਸਰ ਪਾਣੀ ਦਾ ਪ੍ਰਭਾਵ ਹੁੰਦਾ ਹੀ ਹੈ, ਧਾਰਮਿਕ ਇਮਾਰਤਾਂ ਜਿੱਥੇ ਹੁੰਦੀਆਂ ਨੇ, ਧਾਰਮਿਕ ਸਥਾਨ ਜਿੱਥੇ ਹੁੰਦੇ ਨੇ, ਹੁਣ ਇੱਥੇ ਮੈਂ ਇਮਾਰਤਾਂ ਵਾਲੀ ਗੱਲ ਬੋਲਦੀ, ਲੋਕਾਂ ਨੇ ਮੈਨੂੰ ਰੋਸਟ ਕਰ ਦੇਣਾ, ਇਮਾਰਤਾਂ ਕਿਉਂ ਬੋਲੀਆਂ ਜੀ ਤੁਸੀਂ, ਇੱਦਾਂ ਦੇ ਮੁੱਦੇ ਚੱਲ ਪੈਂਦੇ ਆ ਤੁਹਾਨੂੰ ਪਤਾ, ਪਰ ਉਹ ਪਾਣੀ ਵਾਈਬ੍ਰੇਸ਼ਨ ਸੋਕਦਾ ਵਾ, ਕੀਰਤਨ ਹੁੰਦਾ ਵਾ, ਪਾਠ ਹੁੰਦਾ ਵਾ, ਉਹ ਫਿਰ ਆਮ ਜਿਹੜਾ ਪਾਣੀ ਆ ਉਹ ਜਲ ਬਣ ਜਾਂਦਾ, ਉਹ ਜਲ ਨੂੰ ਤੁਸੀਂ ਨਾਲ ਛਕਾ ਦਿਓ, 5-5 ਬੂੰਦਾਂ, ਜਿਹਨੂੰ ਵੀ ਜੇਕਰ ਕੋਈ ਪਾਣੀ ਜ਼ਿਆਦਾ ਨਹੀਂ ਪੀ ਸਕਦਾ, ਉਹ ਜਲ ਦੀਆਂ 5-5 ਬੂੰਦਾਂ ਅਤੇ ਛਕਾ ਕੇ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕਰਨੀ ਹੈ, ਕਿਉਂਕਿ 10ਵੇਂ ਗੁਰੂ ਜਿਹੜੇ ਨੇ ਉਹ ਹਾਜ਼ਰ ਨਾਜ਼ਰ ਨੇ, ਹਜ਼ੂਰ ਸਾਹਿਬ ਕਹਿੰਦੇ ਨੇ 24 ਘੰਟਿਆਂ 'ਚੋਂ 18 ਘੰਟੇ ਮਹਾਰਾਜ ਅਬਚਲ ਨਗਰ ਹਜ਼ੂਰ ਸਾਹਿਬ ਨੰਦੇੜ ਅੰਦਰ ਤਖ਼ਤ 'ਤੇ ਬਿਰਾਜਮਾਨ ਰਹਿੰਦੇ ਨੇ, ਜਿੱਥੇ ਸ਼ਸਤਰ ਨੇ ਉੱਥੇ 5 ਕਲਾ ਸ਼ਸਤਰ ਜਦੋਂ ਵੀ ਥੱਲੇ ਰੱਖਦੇ ਨੇ ਮਹਾਂਪੁਰਸ਼, ਉਹ ਆਪਣੇ ਆਪ ਹੀ ਸਵੇਰ ਹੁੰਦੇ ਹੁੰਦੇ ਉੱਪਰ ਨੂੰ ਆ ਜਾਂਦਾ, ਐਡੀ ਕਲਾ ਉੱਥੇ ਵਰਤਦੀ ਆ, ਮੈਂ ਖੁਦ ਉੱਥੇ ਵੇਖ ਕੇ ਆਇਆ, ਅਤੇ 18 ਘੰਟੇ 'ਤੇ ਮਹਾਰਾਜ ਨਰਕਾਂ ਦਾ ਗੇੜਾ ਵੀ ਲਾਉਂਦੇ ਆ,
ਨਰਕਾਂ ਦੇ ਵਿੱਚ ਵੀ ਜਾ ਕੇ ਵੇਂਹਦੇ ਨੇ ਕਿ ਕਿਤੇ ਮੇਰਾ ਸਿੱਖ ਤਾਂ ਨਹੀਂ ਕੋਈ ਉੱਥੇ ਨਰਕਾਂ ਦੇ ਵਿੱਚ ਪੈ ਗਿਆ। ਸੋ ਇਸ ਵਾਸਤੇ ਇਸ ਸ਼ਬਦ ਦਾ ਜਾਪ ਕੀਤਾ ਜਾਏ। ਜਿਨ੍ਹਾਂ ਨੂੰ ਵੀ ਕੋਈ ਰੋਗ ਆ, ਸਰੀਰਕ ਰੋਗ ਆ, ਬੁਖਾਰ ਚੜਿਆ ਜਾਂ ਫਿੰਸੀਆਂ ਫੋੜੀਆਂ ਨੇ ਜਾਂ ਉਹਨਾਂ ਦੇ ਕੋਈ ਵੀ ਰੋਗ ਆ ਕਿਸੇ ਵੀ ਪ੍ਰਕਾਰ ਦਾ, ਇਹ ਸ਼ਬਦ ਦੂਰ ਕਰ ਦਏਗਾ ਨਿਸ਼ਚੇ ਨਾਲ ਕਰੇ, ਰਾਤੀ 12 ਤੋਂ 2 ਕਰੇ। ਧੰਨਵਾਦ। ਬਾਕੀ ਆਪਾਂ ਗੱਲਾਂ ਜਿਹੜੀਆਂ ਨੇ ਜੰਤਰ ਜੀ ਮੰਤਰ ਦੀਆਂ, ਉਹ ਆਪਾਂ ਬਾਕੀ ਮੰਤਰ ਦੀਆਂ ਅਸੀਂ ਕਰ ਲਈਆਂ ਨੇ, ਜੰਤਰ ਤੇ ਤੰਤਰ ਤੰਤਰ ਦੀਆਂ ਕਰਾਂਗੇ ਆਪਾਂ ਜੀ। ਇਜਾਜ਼ਤ ਦਿਓ ਮੈਨੂੰ। ਧੰਨਵਾਦ ਜੀ। ਸੋ ਕਹਿ ਲਈਏ ਕਿ ਅੱਜ ਖਾਸ ਜਿਹੜੇ ਮੰਤਰ ਨੇ ਜੀ, ਲੋਕਾਂ ਦੇ ਘਰ ਦੇ ਵਿੱਚ ਕਈ ਮੁਸ਼ਕਲਾਂ ਹੁੰਦੀਆਂ ਨੇ, ਉਸ ਨੂੰ ਲੈ ਕੇ ਅੱਜ ਆਪਾਂ ਜ਼ਿਕਰ ਕੀਤਾ ਆ। ਕਈ ਲੋਕ ਇਹ ਨਾ ਕਹਿਣ, ਖਾਸ ਕਰਕੇ ਆਪਾਂ ਉਹਨਾਂ ਲਈ ਡਿਸਕਲੇਮਰ ਇਹ ਦੇਵਾਂਗੇ ਕਿ ਆਪਾਂ ਗੁਰਬਾਣੀ ਨੂੰ ਗਲਤ ਨਹੀਂ ਇੱਥੇ ਦੁਹਰਾ ਰਹੇ ਜਾਂ ਆਪਾਂ ਗੁਰਬਾਣੀ ਦੀਆਂ ਤੁੱਕਾਂ ਨੂੰ ਗਲਤ ਨਹੀਂ ਆਖ ਰਹੇ ਜਾਂ ਤੁਹਾਨੂੰ ਲੋਕਾਂ ਨੂੰ ਡੀਮੋਟੀਵੇਟ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਬਾਣੀ ਪੂਰੀ ਨਾ ਪੜ੍ਹੋ। ਪਰ ਬਾਣੀ ਦਾ ਅਰਥ ਸਮਝੋ। ਅਸਲ ਦੇ ਵਿੱਚ ਗੁਰਬਾਣੀ ਅਤੇ ਬਾਣੀ ਦਾ ਫਰਕ ਹੁੰਦਾ ਆ। ਗੁਰਬਾਣੀ ਉਹ ਹੁੰਦੀ ਆ ਜਿਹਨੂੰ ਅਸੀਂ ਨਾਲ ਸਮਝਦੇ ਹਾਂ, ਨਾਲ ਵਿਚਾਰਦੇ ਹਾਂ, ਨਾਲ ਪੜ੍ਹਦੇ ਹਾਂ। ਬਾਣੀ ਜਦੋਂ ਆਪਾਂ ਉਹਨੂੰ ਪੜ੍ਹ ਕੇ ਐਜ਼ ਇਟ ਇਜ਼ ਉਹਨੂੰ ਛੱਡ ਦਈਏ, ਉਹਦੇ ਅਰਥ ਨਾ ਸਮਝੀਏ। ਪਰ ਗੁਰਬਾਣੀ ਜਦੋਂ ਸਾਡੇ ਜ਼ਿੰਦਗੀ ਦੇ ਵਿੱਚ ਜ਼ਿਕਰ ਹੁੰਦਾ ਤਾਂ ਉਹਦੇ ਅਰਥ ਸਮਝਣੇ ਬਹੁਤ ਜ਼ਰੂਰੀ ਨੇ। ਗੁਰਮੁਖੀ ਭਾਸ਼ਾ ਦੇ ਵਿੱਚ ਉਸਦਾ ਜ਼ਿਕਰ ਜ਼ਰੂਰ ਹੈਗਾ, ਪਰ ਆਪਾਂ ਉਹਨੂੰ ਅਰਥ ਨਹੀਂ ਸਮਝਦੇ ਕਿ ਸਾਡੇ ਗੁਰੂ ਸਾਹਿਬ ਕੀ ਲਿਖ ਕੇ ਗਏ ਨੇ। ਇਸ ਕਰਕੇ ਗੁਰਬਾਣੀ ਨੂੰ ਸਮਝਣਾ ਅਤੇ ਵਿਚਾਰਨਾ ਬਹੁਤ ਜ਼ਰੂਰੀ ਆ। ਹਰ ਇੱਕ ਸ਼ਬਦ ਦਾ ਉਸਦੇ ਵਿੱਚ ਅਰਥ ਹੈਗਾ ਆ, ਤਾਂ ਉਸ 'ਤੇ ਜ਼ਰੂਰ ਅਮਲ ਕਰੋ। ਮੈਨੂੰ ਦਿਓ ਇਜਾਜ਼ਤ। ਧੰਨਵਾਦ।